ਸਰਦਾਰ ਬਰਿਆਮ ਸਿੰਘ ਸੰਧੂ ਦੀ ਕਹਾਣੀ ਹੈ ਉੱਚੀ ਤੌਣ ਉਹ ਲੰਮ ਸਲਮੀ ਗੋਰੇ ਚਿੱਟੇ ਰੰਗ ਦੀ ਕੁੜੀ ਮੈਲੀ ਹੋ ਗਈ ਸੀ ਕੋਈ ਮੈਲੀ ਨਹੀਂ ਸੀ ਹੋਈ ਉਹਦੇ ਨਿੱਕੇ ਜਿਹੇ ਪਿੰਡ ਦੀਆਂ ਪੋਚਾਂ ਫਿਰੀਆਂ ਕੰਧਾਂ ਵੀ ਨਮੋਸ਼ੀ ਦੀ ਕਲਖ ਨਾਲ ਰੰਗੀਆਂ ਗਈਆਂ ਸਨ ਉਹਦੇ ਪਿੰਡ ਤੇ ਉਹਦੇ ਪ੍ਰੇਮੀ ਦੇ ਪਿੰਡਾਂ ਵਿੱਚ ਮਸਾ ਅੱਧੇ ਕਿਲੋਮੀਟਰ ਦਾ ਫਰਕ ਵੀ ਨਹੀਂ ਸੀ ਉਹਨਾਂ ਦੇ ਨਿੱਕੇ ਨਿੱਕੇ ਪਿੰਡ ਭੂਗੋਲਕ ਤੌਰ ਤੇ ਨੇੜੇ ਨੇੜੇ ਨਹੀਂ ਸਨ ਉਹਨਾਂ ਦੇ ਦਿਲ ਵੀ ਇੰਨੇ ਨੇੜੇ ਆ ਗਏ ਸਨ ਕਿ ਦੋਵਾਂ ਪਿੰਡਾਂ ਦੇ ਇੰਨੇ ਪੁਰਾਣੇ ਸਮੇਂ ਦੀ ਨੇੜਤਾ ਨਵੀਂ ਤਰ੍ਹਾਂ ਦੀ ਅਮਿਣਵੀ ਦੂਰੀ ਚ ਬਦਲ ਗਈ ਸੀ ਤੇ ਕੋਈ ਹੈਰਾਨੀ ਵਾਲੀ ਗੱਲ ਵੀ ਤਾਂ ਨਹੀਂ ਸੀ ਅੱਜ ਜਦੋਂ ਮਨੁੱਖ ਆਪਣੇ ਆਪ ਤੋਂ ਵੀ ਦੂਰ ਰਹਿਣ ਲੱਗ ਪਿਆ ਸੀ ਤਾਂ ਇਹ ਸਿਰ ਕੱਲ ਵਿੱਚ ਟੁੱਟੇਪਣ ਦੇ ਅਹਿਸਾਸ ਵਿੱਚ ਦੋ ਪਿੰਡਾਂ ਦੀ ਆਪਸੀ ਦੂਰੀ ਸਿੱਝੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਸੀ ਦੂਰੀ ਦੇ ਬਾਵਜੂਦ ਉਹਨਾਂ ਦੋਵਾਂ ਦੇ ਆਪੋ ਆਪਣੇ ਪਿੰਡਾਂ ਵਿੱਚ ਆਪਣੇ ਲੋਕਾਂ ਵਿੱਚ ਨੇੜਤਾ ਤੇ ਇਕਤਾ ਦੀ ਇੱਕ ਤਾਰਪੂਰੀ ਜਾ ਚੁੱਕੀ ਸੀ ਉਹਦੇ ਆਪਣੇ ਪਿੰਡ ਦੇ ਲੋਕਾਂ ਵਿੱਚ ਵੱਖਰੀ ਕਿਸਮ ਦੀ ਇਕਤਾ ਤੇ ਉਹਦੇ ਪ੍ਰੇਮੀ ਦੇ ਪਿੰਡ ਦੇ ਲੋਕਾਂ ਵਿੱਚ ਵੱਖਰੀ ਤਰ੍ਹਾਂ ਦੀ ਇਕਤਾ ਆਪੋ ਆਪਣੇ ਪਿੰਡਾਂ ਵਿੱਚ ਲਈ ਲੋਕਾਂ ਦੀ ਆਪਸੀ ਇਕਤਾ ਨਹੀਂ ਦੋਵਾਂ ਪਿੰਡਾਂ ਨੂੰ ਦੂਰ ਦੂਰ ਕਰ ਦਿੱਤਾ ਸੀ ਉਸ ਕੁੜੀ ਦਾ ਰੰਗ ਪਿਛਲੇ ਦਿਨੀ ਪੀਲਾ ਜਿਹਾ ਪੈ ਗਿਆ ਸੀ ਚੁੱਪੀ ਹੋਈ ਚਰੀ ਦੇ ਟਾਂਡੇ ਜਿਆ ਜਿਹਨੂੰ ਚੂਪਣ ਤੇ ਸਿਆਣੇ ਕਹਿੰਦੇ ਸਨ ਕਿ ਤਾਪ ਚੜ ਜਾਂਦਾ ਉਹ ਹੌਲੀ ਹੌਲੀ ਤੁਰਦੀ ਤੇ ਦੋਵਾਂ ਪਿੰਡਾਂ ਦੇ ਲੋਕ ਕਹਿੰਦੇ ਇਹਨੇ ਕੱਚਾ ਬੱਚਾ ਕਢਾਇਆ ਤੇ ਉਹਦੇ ਪ੍ਰੇਮੀ ਦੇ ਪਿੰਡ ਦੇ ਲੋਕ ਉਹਦੇ ਆਪਣੇ ਪਿੰਡ ਦੇ ਲੋਕਾਂ ਨੂੰ ਮਖੌਲ ਕਰਦੇ ਮਹਿਣਾ ਦਿੰਦੇ ਇਹਨੂੰ ਮੁਸ਼ਕੀ ਵਿਹੜ ਨੂੰ ਨੱਥ ਪਾ ਕੇ ਰੱਖੋ ਸਾਡਾ ਮੁੰਡਾ ਵਗਾੜ ਛੱਡਿਆ ਤੁਹਾਡਾ ਸਾਰਾ ਪਿੰਡ ਨਾ ਮਰਦਾਂ ਦਾ ਹੀ ਐ ਕੋਈ ਮਰਦ ਨਹੀਂ ਰਹਿ ਗਿਆ ਉੱਥੇ ਮਰਦ ਮਰ ਗਏ ਸਾਰੇ ਕੋਈ ਹੋਰ ਸਿਆਣਾ ਆਖਦਾ ਇਹਨੇ ਵੱਡਤੀ ਓਏ ਸਾਰੇ ਪਿੰਡ ਤੁਹਾਡੇ ਦੀ ਟੋਟੇ ਕਰਕੇ ਇਹਦੇ ਨਹਿਰ ਚ ਨਹੀਂ ਰੋੜ ਛੱਡਦੇ ਮਸਟੰਡੇ ਦੇ ਕੁੜੀ ਦੇ ਪਿੰਡ ਦੇ ਲੋਕ ਉਹਨਾਂ ਦੇ ਜ਼ਹਿਰ ਭਿਜੇ ਬੋਲ ਸੁਣ ਕੇ ਨਮੂਸ਼ੀ ਵਿੱਚ ਅੱਖਾਂ ਨੀਵੀਆਂ ਕਰੀ ਤੁਰ ਹੀ ਜਾਂਦੇ ਚੱਲ ਪਏ ਜ਼ਮਾਨੇ ਦੀ ਨਵੀਂ ਹਵਾ ਨੂੰ ਕੋਸਦੇ ਕੁੜੀ ਦੇ ਭਰਾ ਜੇ ਨਿੱਕੇ ਸਨ ਪਰ ਉਹਦੇ ਵੱਡੇ ਪਿਓ ਦਾ ਕੱਦ ਵੀ ਦੀ ਦੇ ਨਿੱਤ ਦੇ ਉਲਾਮਿਆਂ ਨੇ ਛੋਟਾ ਕਰ ਦਿੱਤਾ ਸੀ ਉਹ ਕੁੜੀ ਦੇ ਹੱਡਪਨ हटਿਆ ਮਾਰ ਦੇਣ ਦੇ ਡਰਾਵੇ ਦਿੱਤੇ ਪਰ ਕੁੜੀ ਆਈ ਤੋਂ ਬਾਸ ਨਾ ਆਈ ਉਹ ਲਲਕਾਰ ਕੇ ਯਾਰ ਨੂੰ ਮਿਲਣ ਜਾਂਦੀ ਦੋ ਦੋ ਦਿਨ ਸ਼ਹਿਰ ਲਾ ਕੇ ਆਉਂਦੀ ਕਹਿਣ ਵਾਲੇ ਕਹਿੰਦੇ ਉਹ ਸ਼ਰਾਬ ਵੀ ਪੀਂਦੀ ਸੀ ਟਾਣੀਆਂ ਵਿੱਚ ਉਹ ਉਹ ਪ੍ਰੇਮੀ ਨਾਲ ਮਿਲ ਕੇ ਸਮਗਲਿੰਗ ਦਾ ਮਾਲ ਵੀ ਠੋਂਦੀ ਸੀ ਹਾਰ ਫੁੱਟ ਕੇ ਬੁੱਢਾ ਪਿਓ ਚੁੱਪ ਕਰ ਗਿਆ ਉਦੀ ਚਿੱਟੀ ਦਾੜੀ ਤੇ ਚਿੱਟੀ ਪਾਗ ਨੂੰ ਆਪ ਨੂੰ ਨਾ ਦਿਸੇ ਇਸ ਲਈ ਉਹਨੇ ਸ਼ਰਾਬ ਤੇ ਹਫੀਮ ਦੀ ਤਿੱਖੀ ਚੁਰੀ ਆਪਣੀ ਅੱਖਾਂ 'ਚ ਖੋਬ ਲਈ ਸੀ ਪਰ ਪਿੰਡ ਦੀ ਚਿੱਟੀ ਪੱਗ ਤੇ ਕੁੜੀ ਦੇ ਮੈਲੇ ਚੱਲਣ ਦੇ ਛਿੱਟੇ ਪਿੰਡ ਵਾਲੇ ਲੋਕਾਂ ਤੋਂ ਪਰੇ ਨਹੀਂ ਸੰਜਾਂਦੇ ਜਦੋਂ ਦੂਜੇ ਪਿੰਡ ਦਾ ਕੋਈ ਬੰਦਾ ਉਹਨਾਂ ਨੂੰ ਮਜ਼ਾਕ ਕਰਦਾ ਤਾਂ ਉਹਨਾਂ ਦਾ ਅੰਦਰਲਾ ਮੱਛ ਉੱਠਦਾ ਉਹਨਾਂ ਦਾ ਜੀ ਕਰਦਾ ਉਹਨਾਂ ਨੂੰ ਕੁੜੀ ਦਾ ਨਾਂ ਲੈ ਕੇ ਛੇੜਨ ਵਾਲੇ ਬੰਦੇ ਦਾ ਬੁੱਧ ਹੜ ਭੰਨ ਦੇਣ ਪਰ ਉਹ ਬੇਵਸੀ ਵਿੱਚ ਧੌਣ ਨਿਵਾ ਕੇ ਹੌਲੀ ਹੌਲੀ ਤੁਰ ਜਾਂਦੇ ਤੇ ਅੱਜ ਗਰਮੀਆਂ ਦੀਆਂ ਛੁੱਟੀਆਂ ਤੋਂ ਪਿੱਛੋਂ ਸਕੂਲ ਖੁੱਲਿਆ ਸੀ ਉਹਨਾਂ ਦੇ ਪਿੰਡ ਦਾ ਇੱਕ ਸਕੂਲ ਮਾਸਟਰ ਬਦਲ ਗਿਆ ਸੀ ਤੇ ਉਹਦੀ ਥਾਂ ਤੇ ਇੱਕ ਨਵੀਂ ਆਈ ਭੈਣ ਜੀ ਬੱਚਿਆਂ ਨੂੰ ਰੁੱਖਾਂ ਦੀ ਛਾਵੇਂ ਬੈਠੀ ਪੜਾ ਰਹੀ ਸੀ ਖੇਤਾਂ ਵੱਲੋਂ ਰੋਟੀ ਦੇ ਕੇ ਪਰਤ ਦੀਆਂ ਔਰਤਾਂ ਹਲਵਾ ਕੇ ਮੁਰਦੇ ਕਿਸਾਨ ਪੱਠਾ ਤੱਥਾ ਲੈ ਕੇ ਆਉਂਦੇ ਗੱਭਰੂ ਮੁੰਡੇ ਅਜੂ ਵੱਲ ਪਾਕੀ ਸਕੂਲ ਕੋਲੋਂ ਲੰਘ ਰਹੇ ਸਨ ਉਨ੍ਹੀ ਜਿਤੇ ਚਾ ਨਾਲ ਨਵੀਂ ਸਕੂਲ ਮਾਸਟਰ ਨੇ ਵੱਲ ਵੇਖ ਰਹੇ ਸਨ ਜਨਾਨੀਆਂ ਇੱਕ ਦੂਜੇ ਦੇ ਕੰਨਾਂ 'ਚ ਖੁਸਰਫਸਰ ਕਰਦੀਆਂ ਘਰ ਨੂੰ ਕਾਲੀ ਨਾਲ ਵਗ ਤੁਰਦੀਆਂ ਸਾਰਿਆਂ ਦੇ ਕਦਮਾਂ 'ਚ ਕਾਲੀ ਸੀ ਜਿਵੇਂ ਉਹਨਾਂ ਦੇ ਮਨ 'ਚ ਕੋਈ ਗੱਲ ਮਚਲ ਰਹੀ ਹੋਵੇ ਤੇ ਉਹ ਸਾਰੇ ਉਹਨੂੰ ਢਿੱਡੋਂ ਬਾਹਰ ਕੱਢਣ ਲਈ ਕਾਲੀ ਹੋਣ ਦੁਪਹਿਰ ਵੇਲੇ ਪਿੰਡ ਦੇ ਤਖਤ ਪੋਰਚ ਤੇ ਬੈਠੇ ਗਬਰੂ ਤੇ ਬਜ਼ੁਰਗ ਪਿੰਡ ਵਿੱਚ ਆਈ ਨਵੀਂ ਮਾਸਟਰਨੀ ਦੀਆਂ ਗੱਲਾਂ ਕਰ ਰਹੇ ਸਨ। ਉੱਚੀ-ਉੱਚੀ ਹੱਸਦੇ, ਠਹਾਕ ਕੇ ਲਾਉਂਦੇ। ਉਹਨਾਂ ਨੂੰ ਹੱਸਣ-ਖੇਡਣ ਤੇ ਮਨ ਨੂੰ ਹੌਲਾ ਕਰਨ ਲਈ ਜਿਵੇਂ ਨਵੀਂ ਬਾਜ਼ੀ ਲੱਗ ਗਈ ਹੋਵੇ। ਨਵੀਂ ਮਾਸਟਰਨੀ ਲੱਗਲੇ ਪਿੰਡ ਦੀ ਕੁੜੀ ਸੀ। ਜਿਸ ਪਿੰਡ ਸਾਵੇਂ ਉਹਨਾਂ ਦੇ ਸਾਰੇ ਪਿੰਡ ਦੀ ਧੌਣ, ਉਹਨਾਂ ਦੇ ਪਿੰਡ ਦੀ ਗੋਰੀ ਪਰ ਮੈਲੀ ਕੁੜੀ ਨੇ ਨੀਵੀਂ ਕਰ ਦਿੱਤੀ ਸੀ। ਨਵੀਂ ਮਾਸਟਰਾਨੀ ਹੈ ਵੀ ਉਸ ਕੁੜੀ ਦੇ ਪ੍ਰੇਮੀ ਦੇ ਚਾਚੇ ਦੀ ਧੀ ਭੈਣ ਸੀ ਜਦੋਂ ਤਖਤ ਪੋਛ ਤੇ ਬੈਠੇ ਬੰਦਿਆਂ ਵਿੱਚੋਂ ਕਿਸੇ ਨੇ ਇਹ ਜਾਣਕਾਰੀ ਦੂਜੇ ਸਾਥੀਆਂ ਨਾਲ ਸਾਂਝੀ ਕੀਤੀ ਤਾਂ ਪਹਿਲਾਂ ਤਾਂ ਇੱਕਦਮ ਸਾਰੇ ਚੁੱਪ ਹੋ ਗਏ ਪਰ ਫਿਰ ਉਹਨਾਂ ਵਿੱਚੋਂ ਇੱਕ ਜਣਾ ਖੁਸ਼ੀ ਨਾਲ ਉੱਛਲ ਪਿਆ ਓਏ ਚੰਗਾ ਹੋਇਆ ਇੰਨੇ ਨਾਲ ਵਾਰੀ ਦਾ ਵੱਟਾ ਲੱਥ ਜੋ ਇਹ ਵੀ ਇੱਥੋਂ ਸੁੱਕੀ ਬਚ ਕੇ ਨਹੀਂ ਜਾਂਦੀ ਉੰਜ ਵੀ ਇਹ ਮਾਸਟਰ ਆਣੀਆਂ ਕਿਹੜਾ ਸਿੱਧ ਪਧਰੀਆਂ ਹੁੰਦੀਆਂ ਨੇ ਇੱਕ ਪਲ ਲਈ ਸਾਰੇ ਅਨੇ ਗੱਲ ਕਰਨ ਵਾਲੇ ਦੇ ਮੂੰਹ ਵੱਲ ਬੜੇ ਧਿਆਨ ਨਾਲ ਵੇਖਿਆ ਪਰ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ ਉਹਨਾਂ ਦੀਆਂ ਨੀਵੀਆਂ ਧੁਣਾ ਹੌਲੀ ਹੌਲੀ ਸਿੱਧੀਆਂ ਹੋਣ ਲੱਗੀਆਂ ਧੰਨਵਾਦ ਸਰਦਾਰ ਵਰਯਮ ਸਿੰਘ ਸੰਧੂ ਦੀ ਕਹਾਣੀ ਹੈ ਅਸਲੀ ਤੇ ਵੱਡੀ ਹੀਰ ਸੂਰਜ ਸਿਰ ਤੇ ਸੀ ਤੇ ਪਸੀਨਾ ਸਿਰ ਤੋਂ ਲੈ ਕੇ ਪੈਰਾਂ ਤੀਕ ਬੱਸ ਉਤਰਦਿਆਂ ਮੈਂ ਦੂਰੋਂ ਹੀ ਸੁਖਵੰਤ ਨੂੰ ਪਿੰਡੋਂ ਪੰਜ ਸੱਤ ਕਿੱਲੇ ਬਾਹਰ ਬੰਬੀ ਤੇ ਫਿਰਦਿਆਂ ਤੱਕਿਆ ਤਾਂ ਘਰ ਜਾਣ ਦੀ ਥਾਂ ਸਿੱਧਾ ਉਧਰ ਹੀ ਤੁਰ ਪਿਆ ਮੇਰੇ ਹੱਥਾਂ ਵਿੱਚ ਤੇਲ ਵਾਲਾ ਖਾਲੀ ਕੈਂ ਤੱਕ ਕੇ ਪਹਿਲਾਂ ਤਾਂ ਉਹ ਮੁਸਕਰਾਇਆ ਤੇ ਫਿਰ ਕੁੱਟ ਕੇ ਮਿਲਦਿਆਂ ਹਾਲ ਚਾਲ ਪੁੱਛਿਆ ਤੇਰੇ ਯਾਰਾਂ ਦੇ ਸਤਾਏ ਭੱਜੇ ਫਿਰਦੇ ਆਂ ਮੇਰਾ ਇਸ਼ਾਰਾ ਸਰਕਾਰ ਵੱਲ ਸੀ ਜਿਸ ਦੀ ਮਦਦ ਉਹਨਾਂ ਦੀ ਪਾਰਟੀ ਐਤਕੀ ਕਰ ਰਹੀ ਸੀ ਕਿਉਂਕਿ ਉਹਨਾਂ ਦੀਆਂ ਨਜ਼ਰਾਂ 'ਚ ਹੁਣ ਰਾਜ ਕਰਨ ਵਾਲੀ ਇਹੋ ਹੀ ਇੱਕ ਪਾਰਟੀ ਸੀ ਜੋ ਸਮਾਜਵਾਦ ਦੀ ਸੜਕ 'ਤੇ ਸਿੱਧੀ ਤੁਰ ਰਹੀ ਸੀ ਲੰਮੇ ਬਲਦੇ ਦਿਨਾਂ ਵਿੱਚ ਲੰਮੀ ਉਡੀਕ ਕਰਦਿਆਂ ਲੰਮੀਆਂ ਲਾਈਨਾਂ 'ਚ ਖੜ੍ਹੋਂ ਤੋਂ ਪਿੱਛੋਂ ਵੀ ਤੇਲ ਨਹੀਂ ਸੀ ਮਿਲਿਆ ਖਿਜੇ ਹੋਏ ਜੱਟਾਂ ਦੇ ਹੱਥਾਂ ਵਿੱਚ ਕੈਨ ਸਨ ਤੇ ਉਹਨਾਂ ਦਾ ਦਿਲ ਕਰਦਾ ਪਿਆ ਸੀ ਇਹ ਕਹਿਣ ਆਪਣੇ ਸਿਰ 'ਚ ਮਾਰਨ ਜਾਂ ਸਰਕਾਰ ਦੇ ਸਿਰ 'ਚ ਗਾਲਾਂ ਕੱਢਦੀ ਤੇ ਦੰਦ ਕਰੀਚ ਦੀ ਭੀੜ ਨੇ ਉੱਚੇ ਪੁਲ ਤੇ ਬੱਸ ਲੂ ਦਿੱਤੇ ਤੇ ਬੱਸਾਂ ਵਿੱਚੋਂ ਦਿਸਦੇ ਸਰਕਾਰੀ ਮੂੰਹ ਤੇ ਕੈਨ ਮਾਰ ਮਾਰ ਕੇ ਰੋ ਮੱਠਾ ਕਰਨਾ ਸ਼ੁਰੂ ਕੀਤਾ 5 ਮਿੰਟ ਵਿੱਚ ਉਹ ਪੁਲਿਸ ਦੇ ਟਰੱਕ ਪੁਲ ਤੇ ਪਹੁੰਚ ਗਏ ਸਨ ਸਾਹਮਣੇ ਆਉਣ ਵਾਲੇ ਹਰ ਬਦਮਾਸ਼ ਆਦਮੀ ਉੱਤੇ ਸ਼ਰੀਫ ਪੁਲਿਸ ਨੂੰ ਡਾਂਗਾਂ ਵਰਾਉਣੀਆਂ ਪੈ ਰਹੀਆਂ ਸਨ ਨੇਤਾ ਜੀ ਦਾ ਬੁੱਤ ਸਿੱਧੀ ਧੌਣ ਕਢਾ ਕੇ ਆਪਣੇ ਪਿੱਛੇ ਬੇਦੋਸ਼ੇ ਜੱਟਾਂ ਨੂੰ ਬਧੋ ਬਧਿ ਫੜ ਕੇ ਜੀਪਾਂ ਵਿੱਚ ਬਿਠਾਉਂਦਿਆਂ ਵੇਖਣ ਦੀ ਕੋਈ ਕੋਸ਼ਿਸ਼ ਹੀ ਨਹੀਂ ਸੀ ਕਰ ਰਿਆ ਦੋ ਮਿੰਟਾਂ ਵਿੱਚ ਪੁਲ ਉਤੇ ਕੋਈ ਆਦਮੀ ਨਹੀਂ ਸੀ ਰਹਿ ਗਿਆ ਕੇਵਲ ਲਾਲ ਪਕੜੀਆਂ ਖਾਕੀ ਵਰਦੀਆਂ ਤੇ ਸੱਮਾਂ ਵਾਲੀਆਂ ਡਾਂਗਾਂ ਸਨ ਮੈਂ ਆਪਣਾ ਕੈਨ ਲੁਕਾਉਂਦਿਆਂ ਪੌੜੀਆਂ ਵਾਲੇ ਪੁਲ ਰਹੀਂ ਉਤਰਿਆ ਇਸਾਂ ਕਿ ਅਚਾਨਕ ਸੁਖਵੰਤ ਦੇ ਪਿੰਡ ਨੂੰ ਜਾਣ ਵਾਲੀ ਬੱਸ ਉੱਥੇ ਆ ਖੜੀ ਮੈਂ ਫਟੋ ਸਵਿਚ ਬੈਠ ਗਿਆ ਚਲੋ ਇਸੇ ਪੱਜ ਨਾਲ ਮਿਲਣ ਤਾਂ ਆ ਗਿਆ ਉਹ ਹੱਸਿਆ ਅਸੀਂ ਨਿੰਮ ਦੀ ਛਾਵੇਂ ਬੈਠ ਗਏ ਸਹਰਾਣੇ ਰੱਖਿਆ 트ਾਂਜਿਸਟਰ ਲਾਹੌਰ ਤੋਂ ਬੋਲਦਾ ਹੋਇਆ ਕਿਸੇ ਇੰਜਨ ਦੀ ਮਸ਼ਹੂਰੀ ਕਰ ਰਿਹਾ ਸੀ ਨਜ਼ਾਮੁਦੀਨ ਦੀ ਮੋਟੀ ਭਰਵੀਂ ਪੰਜਾਬੀ ਆਵਾਜ਼ ਵਿੱਚ ਮੈਂ ਪੱਗ ਲਾ ਕੇ ਮੰਜੀ ਤੇ ਧਰੇ ਤੇ ਸੁਖਮੰਤ ਨੂੰ ਕਿਹਾ ਯਾਰ ਇਹ ਨਜ਼ਾਮਦੀਨ ਨੂੰ ਕਹਿ ਮੇਰਾ ਵੀ ਇੰਜਨ ਬਕਵਾ ਦੇਵੇ ਥੋੜਾ ਜਿਹਾ ਹੱਸਦਿਆਂ ਮੈਂ ਕਮੀਜ਼ ਲਾਉਣ ਲੱਗਾ। ਫੱਤੀ ਲੂ ਦੇ ਬੁੱਲੇ ਆ ਰਹੇ ਸਨ। ਦੋ ਪੈਲੀਆਂ ਦੀ ਵੇਟ ਤੇ ਬਾਰਡਰ ਤੋਂ ਮੁੜ ਕੇ ਆਈ ਗੱਡੀ ਧੁੱਪ ਵਿੱਚ ਧੂਆਂ ਘੋਲਦੀ ਦੌੜਦੀ ਜਾ ਰਹੀ ਸੀ। ਪਰ ਸੁਖਵੰਤ ਦਾ ਕੰਮਾ ਸੱਜਣ ਪਾਣੀ ਦਾ ਕਿਆਰਾ ਮੋੜ ਰਿਆ ਸੀ ਤੇ ਲਾਗਲੇ ਵੱਡ ਵਿੱਚ ਸੱਜਣ ਦਾ ਛੋਟਾ ਭਰਾ ਪਸ਼ੂਆਂ ਤੋਂ ਬੇਪਰਵਾਹ ਸਿਰ ਉੱਤੇ ਲੇ ਪਾਟੇ ਪਟਕੇ ਨੂੰ ਕਦੀ ਢਾਉਣ ਤੇ ਕਦੀ ਬੰਨਣ ਚ ਮਸਤ ਸੀ। ਸੱਜਣ ਨੂੰ ਵੇਖਦਿਆਂ ਹੀ ਮੇਰੇ ਬੁੱਲਾਂ ਤੇ ਮੁਸਕਾਨ ਦੌੜ ਗਈ। ਉਹ ਡਾਡਾ ਦਿਲਚਸਪ ਹੈ। ਕਈ ਵਾਰ ਸੋਚਦਾ ਉਹਨੂੰ ਕੀ ਆਖਾਂ? ਦਿਲਚਸਪ ਗੱਭਰੂ, ਦਿਲਚਸਪ ਆਦਮੀ ਜਾਂ ਦਿਲਚਸਪ ਜਾਨਵਰ? ਫੈਸਲਾ ਨਹੀਂ ਹੁੰਦਾ। ਪਰ ਫਿਰ ਵੀ ਉਹ ਦਿਲਚਸਪ ਹੈ ਜ਼ਰੂਰ। ਨਾਮ ਦਾ ਸੱਜਣ ਪਰ ਸਮੇਂ ਨੇ ਸਦੀਆਂ ਤੋਂ ਉਹੋ ਜਿਹਿਆਂ ਨਾਲ ਸੱਜਣ ਪਾਈ ਨਹੀਂ ਪਾਲੀ। ਬੜੀਆਂ ਸਧਾਰਨ ਤੇ ਅਜੀਬ ਗੱਲਾਂ ਕਰੇਗਾ, ਸੁਣਨ ਵਾਲੇ ਹੱਸਣਗੇ, ਹੈਰਾਨ ਹੋਣਗੇ ਤੇ ਹੋਰ ਗੱਲਾਂ ਕਰਨ ਨੂੰ। ਹੋਰ ਗੱਲਾਂ ਪੁੱਛਣ ਨੂੰ ਉਹਨਾਂ ਦਾ ਚਿਤ ਕਰੇਗਾ ਸਿੱਧੇ ਸੁਭਾਅ ਵਾਲਾ ਮਲੰਗਾ ਵਰਗਾ ਮੈਨੂੰ ਮੁਸਕਰਾਉਂਦੇ ਵੇਖ ਸੁਖਵੰਤ ਸਮਝ ਗਿਆ ਉਸ ਸ਼ੁਗਲ ਮੇਲੇ ਲਈ ਸੱਜਣ ਨੂੰ ਕੋਲ ਬੁਲਾ ਲਿਆ ਆਉਂਦਿਆਂ ਉਸ ਕਹੀ ਨੂੰ ਪੀਨ ਪਰਨੇ ਧਰਤੀ ਤੇ ਮਾਰਿਆ ਫਿਰ ਦਸਤੇ ਤੋਂ ਹੱਥ ਲਾ ਕੇ ਸਿਕਰੀ ਭਰਿਆ ਸਿਰ ਖੁਰਕਣ ਲੱਗਾ ਸੱਜਣਾ ਕੀ ਆ ਚਾਚਾ ਪੁੱਤ ਨੂੰ ਵਿਆਹ ਕਰਾ ਲਾ ਵੇਖ ਕਿੰਨਾ ਪਛੜਦਾ ਜਾਂਦਾ ਹੈ ਸਾਲ ਪਿਛੋਂ ਇੱਕ ਨਿਆਣਾ ਚੱਤ ਜ ਮੇਰੀ ਵੀ ਇਹੋ ਮਰਜ਼ੀ ਮਾਈ ਘਰ ਦੇ ਨਹੀਂ ਮੰਦੇ ਬੁੱਢਾ ਮੇਰੇ ਹਿੱਸੇ ਦੇ ਪੈਸੇ ਲੈ ਕੇ ਆਪ ਹੀ ਖਾ ਖਰਚ ਲੈਂਦਾ ਤੇ ਵਿਆਹ ਹੂੰ ਉਸ ਮੱਥੇ 'ਚੋਂ ਚੋਂਦਾ ਮੁਰਕਾ ਪਹੁੰਚਿਆ ਤਾਂ ਹੱਥ ਨਾਲ ਲੱਗੀ ਮਿੱਟੀ ਨੇ ਮੱਥੇ ਦੀਆਂ ਰੇਖਾਵਾਂ ਨੂੰ ਆਪਣੇ ਹੇਠਾਂ ਕੱਜ ਲਿਆ ਕਾਲਾ ਆਬਨੂਸੀ ਰੰਗ ਸੂਤਿਆ ਜਿਸਮ ਰਗੜ ਕੇ ਮੁੰਨਿਆ ਸਿਰ ਗੋਲਕਾਰ ਦੇ 22 ਸਾਲਾਂ ਚਿਹਰੇ ਦੀਆਂ ਉੱਡੀਆਂ ਉਬਰੀਆਂ ਹੱਡੀਆਂ ਵਿੱਚ ਨਿੱਕੀਆਂ-ਨਿੱਕੀਆਂ ਬ੍ਰੀਕ 60 ਸਾਲਾਂ ਆਖਾਂ ਟੁੱਟਿਆ ਬਟਨਾ ਤੇ ਅਧੀਆਂ ਬਾਹਾਂ ਵਿੱਚ ਮੈਲਾ ਕੁੜਤਾ ਗਲ ਤੇ ਤੇੜ ਅੱਧੂ ਰਾਣਾ ਪਰਨਾ ਉਸ ਇੱਕ ਵਾਰ ਜ਼ੋਰ ਦੀ ਕੁਟਕੇ ਅੱਖਾਂ ਮੀਟੀਆਂ ਜਿਵੇਂ ਅੱਖਾਂ ਵਿੱਚ ਵੜਦੇ ਮੁੜਕੇ ਨੂੰ ਵਾਪਸ ਮੋੜਨਾ ਹੋਵੇ ਫਿਰ ਬ੍ਰੀਕ ਅੱਖਾਂ ਨਾਲ ਮੇਰੇ ਤੇ ਸੁਖਵੰਤ ਵਾਲੇ ਇੰਜ ਵੇਖਿਆ ਜਿਵੇਂ ਕਹਿ ਰਿਆ ਹੋਵੇ ਕਿ ਉਹ ਵਾਕਿਆ ਹੀ ਹੁਣ ਜਵਾਨ ਹੋ ਗਿਆ ਹੈ ਉਹਦਾ ਵਿਆਹ ਹੋਣਾ ਹੀ ਚਾਹੀਦਾ ਤੇਉ ਦਾ ਪਿਉ ਠੇਕੇ ਉਤੇ ਮਿਲਦੇ ਉਹਦੇ ਪੈਸੇ ਹਰ ਸਾਲ ਕਿਉਂ ਖਾਵੇ ਸੁਖਵੰਤ ਨੇ ਸ਼ਰਾਰਤੀ ਮੁਸਕਰਾਟ ਬੁੱਲਾਂ ਤੇ ਲਿਆਂਦੀ ਤੇ ਮੈਨੂੰ ਅੱਖ ਦੱਬ ਕੇ ਬੋਲਿਆ ਸੱਜਣਾ ਇੱਕ ਗੱਲ ਹੋਰ ਵੀ ਐ ਸੱਜਣ ਨੇ ਉਹਦੇ ਮੂੰਹ ਤੇ ਅੱਖਾਂ ਗੱਡ ਦਿੱਤੀਆਂ ਕਈ ਵਾਰ ਤਾਂ ਯਾਰਾ ਸੋਚੀਦਾ ਵਿਆਹ ਵੀ ਨਿਰਾ ਪਵਾੜਾ 3-4 ਨੇ ਆਣੇ ਹੋ ਜਾਣ ਉਧਰੋਂ ਤੋੜ-ਤੋੜ ਖਾਂਦੇ ਐ ਉਧਰੋਂ ਅੰਤਾਂ ਦੀ ਮਹਿੰਗਾਈ ਖਾਂਦੀ ਐ ਨਾ ਚੰਗਾ ਪਾਉਣ ਨੂੰ ਨਾ ਚੰਗਾ ਖਾਣ ਨੂੰ ਮੈਂ ਤਾਂ ਨਾ ਬੰਦੇ ਦਾ ਪੁੱਤ ਹੋਏ ਦਾ ਵਿਆਹ ਕਰਾਈ ਨਾ ਮੇਰਾ ਤਾਂ ਕਈ ਵਾਰ ਆਪ ਜਨਾਨੀ ਛੱਡਣ ਨੂੰ ਚਿਤ ਕਰਦਾ ਪਰ ਆ ਜਿਹੜੇ ਜਵਾਕ ਜੰਮ ਧਰੇ ਸੌਰੀ ਦੇ ਮੈਂ ਤਾਂ ਅੰਨਾ ਛੱਡ ਠਾਂ ਤੂੰ ਕੀ ਲੈਣਾ ਵਿਆਹ ਚ ਛੜਾ ਲੈ ਕਿ ਮੱਜਾ ਲੈ ਸੱਜਣ ਨੂੰ ਸੁਖਵੰਤ ਦੇ ਚਿਹਰੇ ਤੇ ਕੋਈ ਸ਼ਰਾਰਤ ਨਾ ਲੱਭ ਸਕੇ ਉਹਦੇ ਫੈਸਲੇ ਨੂੰ ਸੁਣਦਿਆਂ ਨਿਰਾਸ਼ ਜਿਹਾ ਹੋ ਗਿਆ ਫਿਰ ਸਿਰ ਖੁਰਕਣ ਲੱਗਾ ਤੇ ਜਿਵੇਂ ਕਿਸੇ ਦੀ ਪੇਸ਼ ਨਾ ਜਾਂਦੀ ਹੋਵੇ ਥੱਕੇ ਜਿਹੀ ਆਵਾਜ਼ ਚ ਬੋਲੇ ਵਾਹ ਹੋ ਚਾ ਤਾ ਤਾ ਮੈਂ ਕਿਹੜਾ ਅੱਗੇ ਕਰਾਉਣ ਡਿਆਂ ਤੇ ਕਹੀ ਚੁੱਕੇ ਉਹ ਦਬਾ ਦਬ ਪਰੇ ਤੁਰ ਗਿਆ ਅਸੀਂ ਹੱਸ ਪਏ ਹੱਸਦਿਆਂ ਸੁਖਵੰਤ ਨੇ ਕਿਹਾ ਕੰਜਰਾ ਤੁਰ ਪਿਆ ਚਲ ਹਾ ਡੰਗਰ ਡੱਕ ਘੜੇਕੂ ਤੇ ਭਿੱਲੀ ਨੂਰੇ ਕਲਾ ਇਹਨੂੰ ਘਰ ਕਲਾਈਏ ਬਲਵੰਤ ਨੂੰ ਆਖੇ ਕਿ ਚਾਹ ਪਾਣੀ ਲੈ ਕੇ ਆਵੇ ਉਹਦਾ ਕਾਮਰੇਡ ਯਾਰ ਆਇਆ ਤੇ ਉਹ ਮੇਰੇ ਵੱਲ ਵੇਖ ਕੇ ਮੁਸਕਰਾ ਪਿਆ ਮੈਂ ਉਹਦਾ ਭਾਵ ਸਮਝਦਾ ਸੀ ਬਲਵੰਤ ਉਹਦਾ ਛੋਟਾ ਭਰਾ ਸੀ ਜੋ ਕਾਲਜ ਚ ਪੜ੍ਹ ਕੇ ਹਟਿਆ ਸੀ ਵਧੀਆ ਐਥਲੀਟ ਹੋਣ ਦੇ ਨਾਲ ਨਾਲ ਰਾਜਨੀਤਿਕ ਸੂਝ ਵੀ ਰੱਖਦਾ ਸੀ ਉਸ ਅਨੁਸਾਰ ਉਹ ਪਿਛਲੇ 3-4 ਸਾਲਾਂ ਵਿੱਚ ਭਾਰਤੀ ਕਮਿਊਨਿਸਟ ਲਹਿਰ ਦਾ ਸਭ ਪਾਸਿਓਂ ਪੱਥਰ ਚੱਟ ਮੁੜਿਆ ਸੀ ਤੇ ਹੁਣ ਉਹ ਕਹਿੰਦਾ ਹੈ ਕਿ ਅਸੀਂ ਸਾਰੇ ਕਾਮਰੇਡ ਕਿਸਮ ਦੇ ਆਦਮੀ ਆ ਕਾਮਰੇਡ ਨਹੀਂ ਜਿਵੇਂ 5ਵੀਂ ਚ ਪੜ੍ਹਦੇ ਬੱਚੇ ਯਾਦ ਕਰਨ ਨਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਬਸ ਕੁਛ ਐਨ ਜੀ ਕਾਮਰੇਡ ਕਿੰਨੇ ਕਿਸਮ ਦੇ ਹੁੰਦੇ ਹਨ ਸੱਜਾ ਖੱਬਾ ਨਕਸਲਵਾੜੀਆ ਜਾਂ ਰੂਸ ਪੱਕੀ ਚੀਨ ਪੱਕੀ ਉਹਦਾ ਹੱਸਦਾ ਤੇ ਲੋਕ ਪੱਕੀ ਕਿਉਂ ਨਹੀਂ ਪਰ ਮਜ਼ੇ ਦੀ ਗੱਲ ਤਾਂ ਇਹ ਸੀ ਕਿ ਅਸੀਂ ਸਾਰੇ ਆਪਣੇ ਆਪ ਨੂੰ ਸਹੀ ਕਮਿਊਨਿਸਟ ਸਮਝਦੇ ਸਾਂ ਕਿ ਘੰਟਿਆਂ ਬੱਧੀ ਆਪਣੇ ਹੱਕ 'ਚ ਦਲੀਲਾਂ ਦੇ ਸਕਦੇ ਸਾਂ ਜਿਵੇਂ ਮੇਲੇਆਂ 'ਚ ਵਿਕਦੀ ਵਾਰਿਸਾ ਦੀ ਹੀਰੋ ਤੇ ਲਿਖਿਆ ਹੁੰਦਾ ਸੀ ਸਭ ਤੋਂ ਅਸਲੀ ਤੇ ਵੱਡੀ ਹੀਰ ਤਸਵੀਰਾਂ ਸਮੇਤ ਇੰਜ ਹੀ ਅਸੀਂ ਸਾਰੇ ਆਪੋ ਆਪਣੀ ਪਾਰਟੀ ਬਾਰੇ ਸੋਚਦੇ ਤੇ ਕਹਿੰਦੇ ਸਭ ਤੋਂ ਅਸਲੀ ਤੇ ਵੱਡੀ ਇਹ ਵੀ ਸੱਜਣਾਂ ਕੋਲ ਲੱਠਾ ਹੀ ਨਿਕਲੂ ਸੱਜਣ ਦਾ ਛੋਟਾ ਭਰਾ ਭਿੱਲੀ ਖੜਾ ਸੀ 12-14 ਸਾਲਾਂ ਦਾ ਸੁੱਕਾ ਜਿਹਾ ਮੜਚੂ ਸਰੀਰ ਖੁੱਚਾਂ ਘੱਟੇ ਨਾਲ ਭਰੀਆਂ ਤੇ ਹੱਥ ਹੱਥ ਵਿੱਚ ਪਾਟੀ ਬੈਂਤ ਦਾ ਸੋਟਾ ਸੁਖਵੰਤ ਮੁਸਕਰਾ ਰਿਹਾ ਸੀ ਫਿਰ ਉਹਨੇ ਇਹਨਾਂ ਦਿਨਾਂ ਚ ਅੱਗੇ ਕਈ ਵਾਰ ਭਿੱਲੀ ਨਾਲ ਗੱਲ ਕੀਤੀ ਗੱਲ ਸਿਰਫ ਸਵਾਦ ਲੈਣ ਲਈ ਦਰਾਈ ਭਿੱਲੀ ਬਿਲੇੜ ਕੀ ਸੁਣਿਆ ਤੇਰੇ ਪਿਓ ਨੇ ਜਿਹੜੀ ਬਿਸ਼ਨੇ ਕ્યાં ਤੋਂ ਕਿਲਾ ਪਹਿਲੀ ਆਪ ਲੈ ਕੇ ਵਾਈ ਸੀ ਉਸ ਤੋਂ ਬੜੇ ਦਾਣੇ ਹੋਏ ਆ। ਕਿੱਲੀ ਪਹਿਲਾਂ ਤਾਂ ਜਿਵੇਂ ਮਾੜਾ ਜਿਹਾ ਸੰਗਿਆ ਉਸ ਪਾਸੇ ਮੂੰਹ ਕੀਤਾ ਤੇ ਡੰਡੇ ਨਾਲ ਖੋਚ ਖੁਰਚਣ ਲੱਗ ਪਿਆ। ਤਸਪੁੱਤ ਸੰਗਦਾ ਕਿਉਂ ਹੈ? ਬੜੇ ਨਿਕਲੇ ਤਾਂ ਵੀ ਕਿੰਨੇ ਕੁ 500 ਭਰੀ ਨਿਕਲਾਈ ਹੋਊ ਕਿੱਲੇ 'ਚ? ਆਖੋ ਦਾਣੇ ਤਾਂ ਫੇਰ ਆਗੇ ਹੋਣਗੇ 3-400 ਮਣ 300 ਮਣ ਹੋਊ। ਅਸੀਉ ਦੇ ਸਿੱਧੜ ਪੁਣੇ ਤੇ ਹੱਸ ਪਏ ਅਚਾਨਕ ਮੈਂ ਪੁੱਛ ਲਿਆ ਓਏ ਇੰਨੇ ਦਾਣੇ ਸਾਹਮਣੇ ਕਿੱਥੇ ਜੇ ਲੈ ਗਏ ਕੇ ਜਵਾਬ ਜਿਵੇਂ ਪਹਿਲਾਂ ਹੀ ਉਹਦੇ ਹੋਠਾਂ ਤੇ ਸੀ ਕੌਣ ਜਿਨ੍ਹਾਂ ਦੇ ਦਾਣੇ ਸਨ ਹੱਸਦਾ ਹੱਸਦਾ ਮੈਂ ਚੁੱਪ ਕਰ ਗਿਆ ਛੁਰੀ ਜਿਵੇਂ ਮੇਰਾ ਅੰਦਰ ਬਾਹਰ چیر ਗਈ ਹੋਵੇ ਉਹਦੇ ਸਿੱਧੜ ਪੁਣੇ ਚ ਆਏ ਦਾਣਿਆਂ ਬਾਰੇ ਕਿੰਨਾ ਝੂਠ ਸੀ ਤੇ ਗਏ ਦਾਣਿਆਂ ਬਾਰੇ ਕਿੰਨਾ ਸੱਚ ਭਿੱਲੀ ਪਿੰਡ ਨੂੰ ਤੁਰ ਗਿਆ ਸੀ ਮੈਂ 트랜지스터 ਉੱਚਾ ਕਰਕੇ ਅੰਦਰਲੇ ਸ਼ੋਰ ਤੋਂ ਬਚਣਾ ਚਾਹੁੰਦਾ ਸਾਂ ਮੇਰੇ ਸਾਹਮਣੇ ਘੱਟੇ ਭਰੇ ਸੁੱਕੇ ਸਰੀਰ ਜਿਵੇਂ ਕਬਰਾਂ ਚੋਂ ਮੁਰਦੇ ਉੱਠ ਕੇ ਆ ਗਏ ਹੁਣ ਰੌਲਾ ਪਾ ਰਹੇ ਸਨ ਛੀਕ ਰਹੇ ਸਨ ਸੜਕਾਂ ਬਾਜ਼ਾਰ ਭਰੇ ਹੋਏ ਜਿਵੇਂ ਕਹਿ ਰਹੇ ਸਨ ਦਾਣੇ ਕੌਣ ਲੈ ਗਏ ਦਾਣੇ ਕਿਉਂ ਲੈ ਗਏ ਲਹੂ ਚੌਂਦੀਆਂ ਅੱਖਾਂ ਤੇ ਗੁੱਸੇਲ ਮੂੰਹ ਜਿਵੇਂ ਕਿਸੇ ਨੂੰ ਕੱਚਿਆਂ ਖਾ ਜਾਣਾ ਹੋਵੇ ਤੇ ਫਿਰ ਕਦੀ ਦੂਜੇ ਹੀ ਪਲ ਪੱਥਰ ਵਾਂਗ ਬੇਹਰਕਤ ਸਿਰ ਸੁਟੀ ਖੜੋਤੇ ਮੋਮ ਵਾਂਗ ਸੜਕਾਂ ਤੇ ਪਿਗਲਦੇ ਮੈਨੂੰ ਚੁੱਪ ਵੇਖ ਕੇ ਸੁਖਵੰਤ ਹੱਸਿਆ ਉਸ ਅਨੁਸਾਰ ਇਹ ਦੋਵੇਂ ਭਰਾ ਖਾਸ ਤੌਰ ਤੇ ਸੱਜਣ ਅਜਿਹੀਆਂ ਦਿਲਚਸਪ ਗੱਲਾਂ ਆਪ ਹੀ ਕਰਦੇ ਰਹਿੰਦੇ ਸਨ ਤੇ ਉਹ ਫਿਰ ਸੱਜਣ ਬਾਰੇ ਦੱਸਣ ਲੱਗਾ ਅੱਗੇ ਹਰ ਸਾਲ ਸੱਜਣ ਦੇ ਠੇਕੇ ਤੇ ਮਿਲਦੇ ਪੈਸੇ ਉਹਦਾ ਪਿਓ ਹੀ ਲੈ ਜਾਂਦਾ ਸੀ ਪਰ ਐਤ ਕੀ ਜ਼ਿੱਦ ਕਰਕੇ ਵਿੱਚੋਂ 100 ਰੁਪਇਆ ਸੱਜਣ ਨੂੰ ਵੀ ਮਿਲ ਗਿਆ ਸੀ ਪਿਛਲੇ ਦਿਨੀ ਉਸ ਸੁਖਵੰਤ ਨਾਲ ਪਹਿਲੀ ਵਾਰ ਕਿਸੇ ਕਮ ਸ਼ਹਿਰ ਗਿਆ ਤਾਂ ਉਹਦੀ ਜੇਬ 'ਚ 100 ਰੁਪਏ ਆ ਸੀ ਉਸ ਸਮਾਨ ਨਾਲ ਭਰੀਆਂ ਵਕ ਵਕ ਦੁਕਾਨਾਂ ਵੇਖ ਵੇਖ ਹੈਰਾਨ ਹੋ ਰਿਹਾ ਸੀ ਕਿ ਸੁਖਵੰਤ ਨੇ ਕਿਹਾ ਉਹ ਕੰਜਰ ਦੇ ਆ ਮੂੰਹ ਚੁੱਕ ਚੁੱਕ ਊਠ ਆਖੂੰ ਕਿੱਧਰ ਵੇਨਾ ਕਿਤੇ ਥੱਲੇ ਹੋਣਾ ਹੀ ਸੱਜਣ ਉਤਸੁਕ ਨਿਗਾਹਾਂ ਨਾਲ ਦੁਕਾਨਾਂ ਵਾਲ ਵੇਖਦਾ ਹੋਇਆ ਅਚਾਨਕ ਬੋਲ ਉਠਿਆ ਚਾਚਾ ਇਸ ਦੁਕਾਨ 'ਚ ਘਟੋ ਘਟਾ 100 ਰੁਪਏ ਦਾ ਸਮਾਨ ਤਾਂ ਹੋ ਤੇ ਜੇਬ ਚ ਪਏ 100 ਰੁਪਏ ਦੇ ਨੋਟ ਨੂੰ ਫਲੋਸਣ ਲੱਗਾ। ਉਹਦੀ ਗੱਲ ਸੁਣ ਕੇ ਮੈਂ ਮੁਸਕਰਾਉਣਾ ਨਾ ਰਹਿ ਸਕਿਆ। ਅਸੀਂ ਸਲਾਹ ਕੀਤੀ ਕਿ ਬਲਵੰਤ ਦੇ ਚਾਹ ਤੇ ਰੋਟੀ ਲਿਆਉਣ ਸਮੇਂ ਜ਼ਰੂਰ ਘੜੀ ਕੁ ਸੱਜਣ ਨੂੰ ਛਾਵੇਂ ਬਿਠਾ ਕੇ ਉਹਦੇ ਨਾਲ ਗੱਲਾਂ ਕਰਾਂਗੇ। ਗਰਮੀ ਬਹੁਤ ਸੀ। ਮੈਂ ਬੰਬਈ ਦੇ ਚ ਬੱਚੇ ਚ ਵੜ ਗਿਆ। ਨਾ ਕੇ ਜਦੋਂ ਮੈਂ ਨਿੰਮ ਆ ਕੇ ਬੈਠਾ ਤਾਂ ਲਾਹੌਰ ਤੋਂ ਰੇਸ਼ਮਾਂ ਦੀ ਆਵਾਜ਼ ਚ ਵਾਰਸ਼ਾ ਦੀ ਹੀਰ ਦੇ ਬੋਲ ਮੇਰੇ ਅੰਦਰ ਨੂੰ ਝੂਣ ਗਏ। ਕਮਾਲ ਹੋਈ ਵਾਰਸਾ ਸਦਕੇ ਨਹੀਂ ਰੇਸ਼ਮਾ ਮੈਂ ਸਿਰ ਹਿਲਾ ਰਿਆ ਸਾਂ ਤੇ ਸੋਚ ਰਿਹਾ ਸਾਂ ਪੰਜਾਬ ਤੇ ਪੰਜਾਬੀਅਤ ਬਾਰੇ ਪੰਜਾਬ ਦੇ ਟੁਟੇ ਕਿਤੇ ਜਾ ਸਕਦੇ ਹਨ ਪੰਜਾਬੀ ਦੇ ਨਹੀਂ ਬਾਰਡਰ ਚੱਲਦੀ ਗੱਡੀ ਨੂੰ ਅੱਗੇ ਜਾਣੋਂ ਰੋਕ ਸਕਦਾ ਪਰ ਹੀਰ ਦੇ ਨਸ਼ਿਆਈ ਬੋਲਾਂ ਨਾਲ ਗੜੁੱਚ ਹਵਾ ਨੂੰ ਨਹੀਂ ਰੇਸ਼ਮਾ ਦੀ ਆਵਾਜ਼ ਤੇ ਮੇਰਾ ਝੂਮ ਰਿਹਾ ਸਿਰ ਸਰਹੱਦਾਂ ਉੱਤੇ ਤਣੀਆਂ ਸੰਗੀਨਾ ਨੂੰ ਸ਼ਰਮਿੰਦਾ ਕਰ ਰਹੇ ਸਨ ਨਜ਼ਾਮ ਦੇ ਨੂੰ ਸੁਣਦਾ ਹੁੰਦਾ ਜਮੂਰ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਅਚਾਨਕ ਸੁਖਵੰਤ ਨੂੰ ਸਵਾਲ ਕਰ ਦਿੱਤਾ ਬਹੁਤ ਬਕਵਾਸ ਕਰਦਾ ਹੁੰਦਾ ਭਾਰਤ ਦੇ ਖਿਲਾਫ ਖਾਸ ਤੌਰ ਤੇ ਲੜਾਈ ਦੇ ਦਿਨੇ ਸੁਖਵੰਤ ਦੇ ਬੋਲ ਸੰਨ ਨਹੀਂ ਯਾਰੀ ਸਾਂ ਉਸ ਬੰਦੇ ਦੀ ਪੰਜਾਬੀ ਬੋਲਣ ਦੀਆਂ ਉਹਦੀਆਂ ਆਵਾਜ਼ 'ਚ ਬਕਵਾਸ ਸੁਣਿਆ ਵੀ ਮਜ਼ਾ ਆਉਂਦਾ ਤੂੰ ਜਜ਼ਬਾਤੀ ਮੂਰਖ ਹੈਂ ਦੁਸ਼ਮਣ ਦਾ ਪ੍ਰੋਪਾਗੈਂਡਾ ਤੇ ਤੈਨੂੰ ਚੰਗਾ ਲੱਗਦਾ ਹੈ ਕੌਣ ਸਾਲਾ ਦੋਸਤ ਤੇ ਕੌਣ ਦੁਸ਼ਮਣ ਤੈਨੂੰ ਕੀ ਪਤਾ ਬਸ ਮਜ਼ਾ ਹੀ ਖਰਾਬ ਕਰਤਾ ਮੇਰਾ ਮੱਥਾ ਥੋੜੀਆਂ ਨਾਲ ਭਰ ਗਿਆ ਆਹੋ ਤੇਰੀ ਤੇਰਾ ਤਾਂ ਉਹ ਦੋਸਤ ਹੀ ਹੋ ਚੀਨ ਨਾਲ ਜੋ ਯਾਰੀ ਉਹਦੀ ਉਹ ਮਿਹਣਿਆਂ ਤੇ ਉਤਰ ਆਇਆ ਸੀ ਚੀਨ ਚੀਨਵਲ ਬੜਾ ਭੱਜ-ਭੱਜ ਪੈਂਦੇ ਜੀ ਆਪਣੇ ਮਾਮੇ ਰੂਸ ਬਾਰੇ ਤੇਰਾ ਕੀ ਖਿਆਲ ਤੇ ਗੱਲ ਸਿਧਾਂਤਕਲੀ ਤੇ ਹੋ ਤੁਰੀ ਉਹ ਆਪਣਾ ਸਾਰਾ ਤਾਣ ਲਾ ਕੇ ਚੀਨ ਨੂੰ ਝੂਠਿਆਂ ਕਰ ਰਿਹਾ ਸੀ ਬੰਗਲਾਦੇਸ਼ ਦੀ ਆਜ਼ਾਦੀ ਦਾ ਘੋਲ ਚੀਨ ਨੂੰ ਪਾਕਿਸਤਾਨ ਦੀ ਮਦਦ ਕਰਨ ਕਰਕੇ ਬੰਗਲਾਦੇਸ਼ 'ਚ ਇੱਕ ਕਤਲੇਆਮ ਦਾ ਜ਼ਿੰਮੇਵਾਰ ਕਹਿ ਰਿਹਾ ਸੀ ਤੇ ਮੈਂ ਰੂਸ ਨੂੰ ਸਮਾਜਿਕ ਸਾਮਰਾਜ ਸਾਬਤ ਕਰਨ ਲਈ ਸਿਰ ਤੋੜ ਜ਼ੋਰ ਲਾ ਰਿਹਾ ਸਾਂ ਬੰਗਲਾਦੇਸ਼ ਨੂੰ ਲੁੱਟ ਦੀ ਨਵੀਂ ਮੰਡੀ ਜੰਗੀ ਕੈਦਿਆਂ ਨੂੰ ਨਾ ਛੱਡਣ ਦੀ ਭਾਰਤ ਦੀ ਜ਼ਿੱਦ ਤੇ ਰੂਸ ਦਾ ਭਾਰਤ ਦੇ ਪਿੱਠ ਠੋਕਣਾ ਇੰਨੇ ਵਿੱਚ ਬਲਵੰਤ ਚਾਹ ਤੇ ਰੋਟੀ ਲੈ ਆਏ ਸੀ ਸਾਡੇ ਸਿੰਘ ਫਸੇ ਵੇਖ ਕੇ ਮੁਸਕਰਾ ਰਹੇ ਸੀ ਸੱਜਣ ਨੂੰ ਰੋਟੀ ਲਈ ਆਵਾਜ਼ ਦੇ ਕੇ ਉਹਨੇ ਸਾਨੂੰ ਗਲਾਸਾਂ 'ਚ ਚਾਹ ਪਾ ਕੇ ਦਿੱਤੀ। ਅਸੀਂ ਦੋਵੇਂ ਚਾਹ ਪੀ ਰਹੇ ਸੀ ਅਤੇ ਨਾਲ ਰੂਸ ਤੇ ਚੀਨ ਨੂੰ ਆਪੋ ਆਪਣੀ ਥਾਂ ਤੇ ਠੀਕ ਸਾਬਤ ਕਰਨ ਲਈ ਜ਼ੋਰ ਲਾ ਰਹੇ ਸਾਂ। ਬਲਵੰਤ ਹੱਸਿਆ, "ਭਾਜੀ, ਮੈਂ ਹਾਪ ਸਟੈਂਪ ਐਂਡ ਜੰਪ ਲਾਉਂਦਾ।" ਇਹ ਜੰਪ ਲਾਉਣ ਲੱਗਿਆ ਲਕੀਰ ਤੋਂ ਪੈਰ ਉਠਾ ਕੇ ਉਹੋ ਪੈਰ ਫੇਰ ਅੱਗੇ ਜ਼ਮੀਨ ਤੇ ਸੁੱਟੇ ਦਾ। ਇਹੋ ਫੇਰ ਦੂਜਾ ਪੈਰ ਪੜਾਕੂ ਧਰਤੀ ਤੇ ਛੁਆ ਕੇ ਅਖਾੜੇ ਚ ਚਾਲ ਮਾਰ ਦਈਦੀ ਐ ਅਸੀਂ ਉਹਦਾ ਮਤਲਬ ਨਹੀਂ ਸੀ ਸਮਝੇ ਚਿਹਰਿਆਂ ਤੇ ਹੈਰਾਨੀ ਦਾ ਪ੍ਰਭਾਵ ਤੱਕਦੇ ਹਾਂ ਬੋਲਿਆ ਸੋ ਹਾਲ ਸਾਡੇ ਭਾਰਤੀ ਕਾਮਰੇਡਾਂ ਦਾ ਹੈ ਇਹਨਾਂ ਦਾ ਵੀ ਇੱਕ ਪੈਰ ਚੀਨ ਤੇ ਇੱਕ ਰੂਸ ਚ ਤੇ ਉਸ ਛਾਲਾਂ ਨੂੰ ਥੋੜਾ ਜਿਹਾ ਪੈਰ ਹੀ ਧਰਤੀ ਤੇ ਲਾਉਂਦੇ ਆ ਖਬਰੇ ਕੰਡੇ ਚੁੱਭਦੇ ਹੋਣ ਸਾਡੀ ਬਹਿਸ ਕੁਝ ਜ਼ਿਆਦਾ ਵਿਸਥਾਰ ਫੜ ਗਈ ਸੀ ਅਸੀਂ ਉਹਦੇ ਵਿਅੰਗ ਉੱਤੇ ਸਿਰਫ ਮੁਸਕਰਾਏ ਤੇ ਫਿਰ ਬਹਿਸ ਵਿੱਚ ਰੁੱਝ ਗਏ। ਉਹ ਸੱਜਣ ਨੂੰ ਰੋਟੀ ਫੜਾ ਕੇ ਉਹਦਾ ਬੱਟ ਉਹਦੀ ਬਾਟੀ 'ਚ ਚਾਹ ਉਲਦਣ ਲੱਗਾ। ਸਾਨੂੰ ਸੱਜਣ ਨਾਲ ਗੱਲਾਂ ਕਰਨ ਦਾ ਚੇਤਾ ਹੀ ਭੁੱਲ ਗਿਆ ਸੀ। ਗੱਲ ਸੰਸਾਰ ਇਨਕਲਾਬ ਪ੍ਰਤੀ ਰੂਸ ਦੇ ਚੀਨ ਦੇ ਦ੍ਰਿਸ਼ਟੀਕੋਣ ਤੇ ਚੱਲ ਰਹੀ ਸੀ। ਸੁਖਵੰਤ ਬ੍ਰਿਜਨੇਵ ਦੇ ਅਮਰੀਕਾ ਵਿੱਚ ਜਾ ਕੇ ਨਿਕਸਨ ਨਾਲ ਸਮਝੌਤੇ ਨੂੰ ਅਮਨਪਸੰਦ ਤਾਕਤਾਂ ਦੀ ਜਿੱਤ ਕਹਿ ਰਿਹਾ ਸੀ। ਤੇ ਮੈਂ ਪੁੱਛ ਰਿਹਾ ਸੰਕ ਚੀਨ ਵਿੱਚ ਨਿਕਸਨ ਦਾ ਜਾਣਾ ਫਿਰ ਦੋ ਜੰਗਬਾਜ਼ਾਂ ਦੀ ਮਿਲਣੀ ਕਿਵੇਂ ਸੀ ਅਸੀਂ ਹਫੇ ਹੋਏ ਮੂੰਹਾਂ ਵਿੱਚੋਂ ਝੱਗ ਸੁਟ ਰਹੇ ਸਾਂ ਕਿ ਅਚਾਨਕ ਬਲਵੰਤ ਸੱਜਣ ਦੀ ਕਿਸੇ ਗੱਲ ਤੋਂ ਖਿੜ ਖੜਾ ਕੇ ਹੱਸ ਪਿਆ ਭਾਜੀ ਆਪਣੀ ਬਹਿਸ ਛੱਡ ਕੇ ਜ਼ਰਾ ਉਹ ਵੇਖੋ ਸੱਜਣ ਦਾ ਤਾਇਆ ਜਾਂਦਾ ਉਹਦੀ ਪੱਗ ਦਾ ਰੰਗ ਵੇਖੋ ਰਤਾ ਅਸੀਂ ਵੇਖਿਆ ਗੂੜੀ ਲਾਲ ਪੱਗ ਬੰਨੀ ਸੱਜਣ ਦਾ ਤਾਇਆ ਰੇਲਵੇ ਲਾਈਨ ਵੱਲ ਜਾ ਰਿਹਾ ਸੀ ਤੇ ਹੱਸਦਿਆਂ ਬਲਵੰਤ ਨੇ ਸੱਜਣ ਦੀ ਗੱਲ ਸੁਣਾਈ ਜਿਹੜੀ ਸੱਜਣ ਨੇ ਆਪਣੇ ਤਾਏ ਦੀ ਬਣਾ ਸਵਾਰ ਕੇ ਬੱਜੀ ਲਾਲ ਪੱਗ ਨੂੰ ਵੇਖ ਕੇ ਕਹੀ ਅਖੇ ਤਾਏ ਨੇ ਅੱਜ ਬੜੀ ਲੀਲੀ ਬੰਦੀ ਆ ਮੈਂ ਹੈਰਾਨੀ ਛੱਸਦਿਆਂ ਸੱਜਣ ਨੂੰ ਪੁੱਛਿਆ ਉਹ ਸੌਰੀ ਦਿਆ ਤਾਨੂੰ ਰੰਗਾਂ ਦੀ ਵੀ ਪਛਾਣ ਨਹੀਂ ਉਹ ਥੋੜਾ ਜਿਹਾ ਸੰਘਿਆ ਫਿਰ ਬੋਲਿਆ ਬਾਉ ਸਾਨੂੰ ਕੀ ਪਤਾ ਉਹ ਹੱਥ ਵਿੱਚ ਫੜੀ ਰੋਟੀ ਵੱਲ ਵੇਖਣ ਲੱਗਾ ਤੇ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਧੰਨਵਾਦ ਸਰਦਾਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਅੱਖਾਂ ਵਿੱਚ ਮਰ ਗਈ ਖੁਸ਼ੀ ਸੁਣਾਓ ਮਾਸਟਰ ਸ਼ਾਮਸੁੰਦਰ ਜੀ ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭੋਗੇ ਮਾਸਟਰ ਸ਼ਾਮਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ ਉਹਦੇ ਚੁਰੜੀਆਂ ਵਾਲੇ ਮੱਥੇ ਉੱਤੇ ਇੱਕ ਤਿਉੜੀ ਨਵੀਂ ਚੁਰੜੀ ਬਣ ਕੇ ਉੱਭਰਾਈ ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਪੰਡ ਸੰਭਾਲਦੇ ਹੋਏ ਜ਼ੋਰ ਦੀ ਪੈडल ਮਾਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਸਾਈਕਲ ਦਾ ਚੇਨ ਲੱਥ ਜਾਣ ਦੀ ਅਸਫਲਤਾ ਦਾ ਰੂਪ ਧਾਰ ਗਈ। ਉਹ ਡਿੱਗਦਾ ਡਿੱਗਦਾ ਮਸਾਂ ਸੰਭਲਿਆ। ਉਹਨੂੰ ਡਾਕਟਰ ਧਰਮ ਸਿੰਘ ਉੱਤੇ ਖਾਮ-ਖਾਮ ਫਿਰ ਗੁੱਸਾ ਆ ਗਿਆ। ਇਹ ਸਮਾਜਵਾਦ ਦਾ ਰੌਲਾ ਰੱਪਾ ਜਿਹਾ ਉਹ ਕਈ ਚਿਰ ਤੋਂ ਸੁਣਦਾ ਆ ਰਿਹਾ ਸੀ। ਤੇ ਜਿਹੜੀ ਗੱਲ ਰੌਲਾ ਰੱਪਾ ਬਣ ਕੇ ਹੀ ਰੰਦੀ ਜਾ ਰਹੀ ਸੀ ਉਸ ਬਾਰੇ ਸੁਣ ਕੇ ਉਹਦੇ ਮਨ ਦਾ ਸਵਾਦ ਹੋਰ ਵੀ ਖਰਾਬ ਹੋ ਗਿਆ ਸਾਈਕਲ ਨੂੰ ਚੇਨ ਚੜਾ ਕੇ ਉਹ ਫੇਰ ਤੁਰ ਪਿਆ ਕਮਜ਼ੋਰ ਬੁੱਢਾ ਸਰੀਰ ਮਸੀ ਪੱਠਿਆਂ ਦੀ ਪੰਡ ਸਾਈਕਲ ਤੇ ਧੂਰਿਆ ਸੀ ਉਧਰੋਂ ਹਵਾ ਵੀ ਅੱਗੋਂ ਦੀ ਸੀ ਸਾਈਕਲ ਵੀ ਉਹਦਾ ਉਮਰੋਂ ਹਾਣੀ ਲੱਗਦਾ ਸੀ ਪਿੰਡ ਦੀ ਸੱਤ ਵਿੱਚ ਵੜਦਿਆਂ ਉਸ ਮੱਥੇ ਉਤੋਂ ਮੁੜਕਾ ਪੁੰਝਿਆ ਡਾਕਟਰ ਧਰਮ ਸਿੰਘ ਉਤੇ ਕ੍ਰਿਜਦਾ ਉਹ ਆਪਣੇ ਆਪ ਨਾਲ ਔਖਾ ਹੋਣ ਲੱਗ ਪਿਆ ਅਕੀਸ ਸੁਣਾਓ ਮਾਸਟਰ ਸ਼ਾਮਸੁੰਦਰ ਜੀ ਉਹਨੂੰ ਡਾਕਟਰ ਵੱਲੋਂ ਆਪਣੇ ਉੱਤੇ ਕੀਤੇ ਗਏ ਵਿੰਗ ਨਾਲੋਂ ਬਹੁਤ ਗੁੱਸਾ ਇਸ ਗੱਲ ਦਾ ਆ ਕਿ ਉਹਨੇ ਉਹਨੂੰ ਮਾਸਟਰ ਸ਼ਾਮਸੁੰਦਰ ਜੀ ਕਿਉਂ ਕਿਹਾ ਸੀ ਸ਼ਾਮਸੁੰਦਰ ਉਹ ਆਪ ਹੀ ਬੜਬੜਾਇਆ ਆਪਣੇ ਨਾਮ ਬਾਰੇ ਸੋਚਦਿਆਂ ਉਹਨੂੰ ਕਦੀ ਵੀ ਸ਼ਾਮ ਮੁਰਾਰੀ ਕ੍ਰਿਸ਼ਨ ਭਗਵਾਨ ਦੀ ਸੁੰਦਰਤਾ ਚੇਤੇ ਨਹੀਂ ਸੀ ਆਈ ਸਗੋਂ ਡੁੱਬਦਾ ਹੋਇਆ ਸੂਰਜ ਚੇਤੇ ਆ ਜਾਂਦਾ ਸ਼ਾਮਸੁੰਦਰ ਉਸ ਫੇਰ ਗਿਆ ਤੇ ਪੱਛਮ ਦੀ ਬੁੱਕਲ ਚ ਵੜਦੇ ਜਾਂਦੇ ਸੂਰਜ ਵੱਲ ਤੱਕਿਆ ਇਹ ਪੈਂਦੀ ਜਾ ਰਹੀ ਸ਼ਾਮ ਉਸ ਨੂੰ ਕਦੀ ਸੁੰਦਰ ਨਹੀਂ ਸੀ ਲੱਗੀ ਤੇ ਉਸ ਨੂੰ ਆਪ ਸਮਝ ਨਹੀਂ ਸੀ ਆਉਂਦੀ ਕਿ ਉਹ ਕਿਉਂ ਆਪਣੇ ਨਾਂ ਨੂੰ ਸ਼ਾਮ ਨਾਲ ਤੁਲਨਾ ਦਿੰਦਾ ਸੀ ਉਹਨੂੰ ਰਹਿ ਰਹਿ ਕੇ ਐਵੇਂ ਹੀ ਕ્રોਧ ਆਉਂਦਾ ਕਿ ਉਸ ਦਾ ਇਹ ਨਾਂ ਕਿਉਂ ਹੈ ਤੇ ਗੁੱਸੇ ਵਿੱਚ ਉਹ ਮੁਗਲ ਸ਼ਹਿਨशाह ਜਹਾਂਗੀਰ ਵਰਗੀਆਂ ਮੁੱਛਾਂ ਨੂੰ ਦੰਦਾ ਨਾਲ ਟੋਕਣ ਲੱਗ ਪੈਂਦਾ ਹਰ ਸ਼ਾਮ ਉਹਨੂੰ ਸੁੰਦਰ ਨਹੀਂ ਦੇ ਲੱਗਦੀ ਸੀ ساری ਉਮਰ ਪਹਿਲਾਂ ਮਾਸਟਰੀ ਕੀਤੀ ਹੁਣ ਕੌਮ ਦੇ ਉਸ ਰਈਏ ਨੇ 100 ਸਿਫਾਰਸ਼ਾਂ ਪਾ ਕੇ ਪੇਟ ਪਾਲਣ ਲਈ 5 ਮੀਲ ਦੂਰ ਇੱਕ ਬ੍ਰਾਂਚ ਦਾ ਡਾਕ ਖਾ ਨਾ ਲਿਆ ਸੀ ਸਵੇਰੇ 5 ਮੀਲ ਜਾਂਦਾ ਤਿੰਨਾ ਪਿੰਡਾਂ ਦੀ ਡਾਕ ਘਰ ਘਰ ਵੰਡਦਾ ਸ਼ਾਮ ਨੂੰ ਗਾਂ ਤੇ ਬੱਛੇ ਜੋਗੇ ਰਾਹ ਵਿੱਚੋਂ ਮੁੱਲ ਪਏ ਪੱਠਿਆਂ ਦੀ ਪੰਡ ਟੁੱਟੇ ਸਾਈਕਲ ਉੱਤੇ ਪਿੰਡ ਲਿਆਉਂਦਾ ਪਿੰਡ ਪਹੁੰਚਦੇ ਆ ਰਾਤ ਪੈਰੀ ਹੁੰਦੀ ਉਹਦਾ ਬੁੱਢਾ ਕਮਜ਼ੋਰ ਸਰੀਰ ਥਕੇਵੇਂ ਨਾਲ ਚੂਰ ਹੋਇਆ ਹੁੰਦਾ ਫਿਰ ਪੱਠੇ ਕੁੱਤਰ ਕੇ ਗਾਂ ਨੂੰ ਪਾਉਣੇ ਇੰਜ ਉਹਦੀ ਸਾਰੀ ਦਿਹਾੜੀ ਰੁਝੇਵੇਂ ਵਿੱਚ ਲੰਘਦੀ ਤੇ ਸ਼ਾਮ ਪੈ ਜਾਂਦੀ ਉਹ ਮਹਿਸੂਸ ਕਰਦਾ ਕਿ ਉਹਦੇ ਕਮਜ਼ੋਰ ਹੁੰਦੇ ਜਾ ਰਹੇ ਬੁੱਢੇ ਸਰੀਰ ਲਈ ਇਹ ਕੰਮ ਜ਼ਿਆਦਾ ਸੀ ਆਪਸ ਵਿੱਚ ਦੋ ਦੋ ਮੀਲਾਂ ਦੇ ਵਿੱਥ ਵਾਲੇ ਤਿੰਨ ਪਿੰਡਾਂ ਦੀ ਡਾਕ ਵੰਡਣੀ ਸਾਰੀ ਦਿਹਾੜੀ ਕੇਵਲ 40 ਰੁਪਏ ਪਿੱਛੇ ਸਾਈਕਲ ਚਲਾਉਂਦੇ ਰਹਿਣਾ ਪਰ ਇਹ ਤਾਂ পেট ਦਾ ਸਵਾਲ ਸੀ ਜਿਸ ਤੇ ਜਵਾਬ ਵਿੱਚ ਉਹਦੇ ਬੁੱਢੜੇ ਸਰੀਰ ਨੂੰ ਹੀ ਔਖਿਆਈ ਚਲਣੀ ਹੀ ਪੈ ਰਹੀ ਸੀ ਪਰ ਇਹ ਜੇ ਸ਼ਾਮ ਨੂੰ ਥਕਵੇਂ ਵਿੱਚ ਚੂਰ ਹੋਏ ਨੂੰ ਜਦੋਂ ਉਹਨੂੰ ਆਪਣਾ ਨਾਂ ਚੇਤੇ ਆ ਜਾਂਦਾ ਤਾਂ ਉਹਦਾ ਜੀ ਕਰਦਾ ਉਹਦੀ ਮਾਂ ਕੋਲ ਹੋਵੇ ਤੇ ਉਹਨੂੰ ਪੁੱਛੇ ਕਿਉਂ ਨੇ ਕਿਹਦੇ ਕੋਲੋਂ ਪੁੱਛ ਕੇ ਉਹਦਾ ਇਹ ਨਾਂ ਰੱਖਿਆ ਸੀ ਉਹ ਸਾਈਕਲ ਤੋਂ ਉਤਰਿਆ ਕਲੋਕੇ ਲੱਕ ਨੂੰ ਸਿੱਧਾ ਕੀਤਾ ਤੇ ਅੰਗੜਾਈ ਭਰਨ ਦੀ ਕੋਸ਼ਿਸ਼ ਕੀਤੀ ਲੱਕ ਵਿੱਚੋਂ ਚੀਸ ਨਿਕਲੀ ਤੇ ਉਹ ਸਾਰੇ ਦਾ ਸਾਰਾ ਜਿਵੇਂ ਇਕੱਠਾ ਹੋ ਗਿਆ ਮੱਥੇ ਉੱਤੇ ਤਰੇਲੀ ਆ ਗਈ ਉਹਦੀ ਜ਼ਿੰਦਗੀ ਦੀ ਸ਼ਾਮ ਵੀ ਕਿੰਨੀ ਸੁੰਦਰ ਸੀ ਤੇ ਐਵੇਂ ਉਹਨੂੰ ਆਪਣੇ ਨਾਂ ਨਾਲ ਫੇਰ ਗੁੱਸਾ ਆ ਗਿਆ ਇਹ ਭਲਾਂ ਕੋਈ ਗੱਲ ਵੀ ਸੀ ਉਸ ਦੂਰੋਂ ਵੇਖਿਆ ਉਹਦੇ ਘਰ ਦੀ ਡਿਊਟੀ ਉੱਤੇ ਚਰਖੇ ਵਾਲਾ ਤਰੰਗਾ ਕਾਂਗਰਸੀ ਝੰਡਾ ਲਹਿਰਾ ਰਿਹਾ ਸੀ ਉਹਨੂੰ ਰਾਹ ਵਿੱਚ ਮਿਲੇ ਡਾਕਟਰ ਧਰਮ ਸਿੰਘ ਦਾ ਵਿਅੰਗ ਚੇਤੇ ਆ ਗਿਆ ਹੁਣ ਹੁਣੇ ਹੁਣੇ ਦੇਸ਼ ਦੀ ਹਾਕਮ ਪਾਰਟੀ ਚ ਦੋ ਧੜੇ ਬਣੇ ਸਨ ਤੇ ਡਾਕਟਰ ਉਹਨੂੰ ਪੁੱਛ ਰਿਹਾ ਸੀ ਕਿ ਉਹ ਕਿਹੜੇ ਧੜੇ ਨਾਲ ਸ਼ਾਮਲ ਹੋਗੇ ਸਮਾਜਵਾਦ ਲਿਆਏਗਾ ਉਹਨੇ ਆਪਣੇ ਕੱਸੇ ਹੋਏ ਕੱਪੜਿਆਂ ਟੁੱਟੇ ਸਾਈਕਲ ਤੇ ਉਸ ਪਿੱਛੇ ਪੱਟੀਆਂ ਦੀ ਪੰਡ ਨੂੰ ਤੱਕਿਆ ਉਮਰ ਦਾ 62ਵਾਂ ਸਾਲ ਚੇਤੇ ਆਇਆ ਤੇ ਉਹ ਸਮਾਜਵਾਦ ਬਾਰੇ ਸੋਚ ਕੇ ਐਵੇਂ ਮੁਸਕਰਾ ਪਿਆ ਡੇਢੀ ਉਤੇ ਤੇਰੰਗਾ ਝੁੱਲ ਰਿਹਾ ਸੀ ਘਰ ਪਹੁੰਚ ਕੇ ਉਹਨੇ ਡਿਊਟੀ ਵਿੱਚ ਸਾਈਕਲ ਤੋਂ ਪੱਠਿਆਂ ਦੀ ਪੰਡ ਉਤਾਰੀ ਸਾਈਕਲ ਕੰਧ ਨਾਲ ਲਾਇਆ ਲੱਕ ਤੇ ਗੋਡਿਆਂ 'ਚ ਇਕੱਠੀ ਪੀੜ ਨਿਕਲੀ ਉਸ ਹੱਥ ਲਾ ਕੇ ਵੇਖਿਆ ਗੋਡੇ ਸੁਜੇ ਹੋਏ ਲੱਗਦੇ ਸਨ ਇੱਕ ਛਿੰਨ ਲਈ ਉਹਦੇ ਮਨ ਵਿੱਚ ਮਰ ਜਾਣ ਦਾ ਵਿਚਾਰ ਆਇਆ ਮਾੜੇ ਨੂੰ ਮੌਤ ਵੀ ਕਿੱਥੇ ਉਸ ਆਪਣੇ ਆਪ ਨੂੰ ਕਿਹਾ ਇਹ ਵੀ ਸਾਲੇ ਤਗੜਿਆਂ ਨੂੰ ਫੱਟ ਦੇਣੀ ਆਉਂਦੀ ਹੈ ਚਲੋ ਜੀ ਹਾਰਟ ਫੇਲ ਹੋ ਗਿਆ ਤੇ ਆਉ ਗਿਆ ਸਾਡਾ ਹਾਰਟ ਵੀ ਖਬਰੇ ਕਾਦਾ ਹੈ ਜਿਹੜਾ ਫੇਲ ਨਹੀਂ ਹੁੰਦਾ ਸੋਚਦਾ ਸੋਚਦਾ ਉੱਚੀ ਹੁੰਗਾਰ ਪਿਆ ਸਾਡੇ ਤਾਂ ਮੁੰਡੇ ਹੀ ਫੇਲ ਹੁੰਦੇ ਨੇ ਉਸ ਨੂੰ ਛੋਟੇ ਮੁੰਡੇ ਚਰਨਦਾਸ ਦਾ ਖਿਆਲ ਆ ਗਿਆ ਜਿਹੜਾ ਤਿੰਨ ਵਾਰ 10ਵੀਂ ਚ ਫੇਲ ਹੋਇਆ ਸੀ ਤੇ ਹੁਣ ਬਿਜਲੀ ਦੇ ਮਹਿਕਮੀ ਵਿੱਚ ਖੰਬੇ ਗੱਡਣ ਵਿੱਚ ਭਰਤੀ ਹੋ ਗਿਆ ਸੀ ਵੇੜੇ ਵਿੱਚ ਦੀ ਹੁੰਦਾ ਉਹ ਸਿੱਧਾ ਅੰਦਰ ਲੰਘ ਗਿਆ ਚੌਂਕੇ ਵਿੱਚ ਵੱਡੀ ਧੀ ਸੁਸ਼ਮਾ ਤੇ ਉਹਦੀ ਮਾਂ ਬੈਠੀਆਂ ਹੋਈਆਂ ਸਨ। ਵੱਡੇ ਲੜਕੇ ਧਰਮਪਾਲ ਦੀ ਵਿਦਵਾਨ ਨਾਲ ਕੇ ਲਾਗੇ ਬੈਠੀ ਕੋਈ ਕੱਪੜਾ ਧੋ ਰਹੀ ਸੀ। ਕਿਸੇ ਵੱਲ ਵੀ ਵੇਖ ਕੇ ਉਹਦੇ ਮਨ ਨੂੰ ਕੋਈ ਖੁਸ਼ੀ ਨਹੀਂ ਹੋਈ। ਕਮਰੇ ਅੰਦਰ ਵੜਦਿਆਂ ਉਹ ਮੰਜੇ ਉੱਤੇ ਤੈ ਕਰਕੇ ਡਿੱਗ ਪਿਆ। ਦਰਵਾਜ਼ੇ ਵਿੱਚੋਂ ਵੇਖਿਆ ਬਾਹਰ ਡਿਊੜੀ ਉੱਤੇ ਝੁੱਲ ਦਾ ਤਿਰੰਗਾ ਦਿਸ ਰਿਹਾ ਸੀ। ਉਧਰੋਂ ਧਿਆਨ ਪਰਤਾ ਕਿਉਂ ਨੇ ਅੰਗਿੱਠੀ ਵੱਲ ਤੱਕਿਆ? ਰਮਪਾਲ ਦੀ ਫੋਟੋ ਕੋਲ ਸ਼ਹੀਦ ਭਗਤ ਸਿੰਘ ਦੀ ਕਸਮੇੜੀ ਤਸਵੀਰ ਫਰੇਮ ਕੀਤੀ ਪਈ ਸੀ ਤੇ ਉਹਦੀਆਂ ਅੱਖਾਂ ਅੱਗੋਂ ਉਹ ਦ੍ਰਿਸ਼ ਗੁਜ਼ਰ ਗਿਆ ਉਹਨੂੰ ਚੰਗੀ ਤਰ੍ਹਾਂ ਚੇਤੇ ਸੀ ਉਹਦੋਂ ਕਸੂਰ ਪੜਦੇ ਸਨ ਅੰਗਰੇਜ਼ ਵਾਇਸਰਾਏ ਲਾਹੌਰ ਆ ਰਿਹਾ ਸੀ ਹੋਰ ਨਾ ਸਕੂਲਾਂ ਵਾਂਗ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਵੀ ਸਕਾਊਟਾਂ ਦੇ ਰੂਪ ਵਿੱਚ ਵਾਇਸਰਾਏ ਦੇ ਸਵਾਗਤ ਲਈ ਲਾਹੌਰ ਗਏ ਸਨ ਬੜਾ ਵੱਡਾ ਜਲੂਸ ਸੀ ਵਿਦਿਆਰਥੀਆਂ ਨੇ ਹੱਥਾਂ ਵਿੱਚ ਯੂਨੀਅਨ ਜੈਕ ਫੜੇ ਹੋਏ ਸਨ ਉਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਨ ਫੁੱਲਣ ਲਈ ਸੰਗ ਪੜ ਪੜ ਕੇ ਨਾਰੇ ਲਾ ਰਹੇ ਸਨ ਉਹ ਤੇ ਉਹ ਦਾ ਬੜਾ ਹੀ ਪਿਆਰਾ ਸਾਥੀ ਮਹਰਾਜਦੀਨ ਯੂਨੀਅਨ ਜੈਕ ਫੜੀ ਵਿਦਿਆਰਥੀਆਂ ਦੇ ਅੱਗੇ-ਅੱਗੇ ਸਨ ਅਚਾਨਕ ਇੱਕ ਗਲੀ ਵਿੱਚੋਂ ਕੁਝ ਨੌਜਵਾਨ ਨਿਕਲੇ ਤੇ ਉਹਨਾਂ ਨਾਰੇ ਲਾਣੇ ਸ਼ੁਰੂ ਕਰ ਦਿੱਤੇ ਅਪ ਅਪ ધ ਨੈਸ਼ਨਲ ਫਲੈਗ down down the union jack in club zindabad ਉਹਨਾਂ ਦੀ ਆਵਾਜ਼ ਵਿੱਚ ਗਰਜ ਸੀ ਨੈਸ਼ਨਲ ਫਲੈਗ ਕਿਧਰੇ ਨਹੀਂ ਸੀ ਦਿਖਦਾ ਪਰ ਯੂਨੀਅਨ ਜੈਕ ਸ਼ਾਮਸੁੰਦਰ ਤੇ ਮਹਾਰਾਜਦੀਨ ਨੇ ਆਪਣੇ ਹੱਥਾਂ ਵਿੱਚ ਘੁੱਟ ਕੇ ਫੜਿਆ ਸੀ ਉੱਚਾ ਚੁੱਕਿਆ ਹੋਇਆ ਸੀ ਆਪ ਪਪ the national flag down down the union jack ਨੌਜਵਾਨ ਨਾਰੀ ਲੜੈਸਨ ਸ਼ਾਮਸੁੰਦਰ ਨੇ ਉਹਨਾਂ ਵਿੱਚੋਂ ਲੰਮੀ ਗਬਰੂ ਦੇ ਚਿਹਰੇ ਵੱਲ ਵੇਖਿਆ ਜੋ ਜ਼ੋਰ-ਜ਼ੋਰ ਦੀ ਨਾਹਰੇ ਲਾ ਰਿਹਾ ਸੀ ਕਿੰਨਾ ਜਲਾਲ ਸੀ ਉਹਦੇ ਚਿਹਰੇ ਉੱਤੇ ਕਿੰਨਾ ਜੋਸ਼ ਸੀ ਉਹਦੇ ਬੋਲਾਂ ਵਿੱਚ ਤੇ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਅਗੇ ਜਲਿਆਂ ਵਾਲਾ ਬਾਗ ਵਿੱਚ ਚਲਦੀ ਗੋਲੀ ਦਾ ਦ੍ਰਿਸ਼ ਆ ਗਿਆ ਜਿੱਥੇ ਉਹਦਾ ਪਿਤਾ ਗੁਲਾਮੀ ਦੀ ਛੱਟ ਉਤਾਰਨ ਤੇ ਸੱਚ ਦੀ ਆਵਾਜ਼ ਉੱਚੀ ਕਰਨ ਗਿਆ ਗੋਲੀ ਦਾ ਨਿਸ਼ਾਨਾ ਬਣ ਗਿਆ ਸੀ ਨੌਜਵਾਨ ਨਾਰਾ ਲਾਰੇ ਸੀ ਡਾਊਨ ਡਾਊਨ ਦ ਯੂਨੀਅਨ ਜੈਕ ਸ਼ਾਮ ਸੁੰਦਰ ਨਿਮ ਰਾਜਦੀਨ ਵੱਲ ਵੇਖਿਆ ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿੱਚ ਜਿਵੇਂ ਉਹਨਾਂ ਨੇ ਕੋਈ ਫੈਸਲਾ ਕਰ ਲਿਆ ਉਹਨਾਂ ਨੇ ਹੱਥਾਂ 'ਚ ਫੜਿਆ ਹੋਇਆ ਯੂਨੀਅਨ ਜੈਕ ਮੁੱਦਾ ਕਰ ਦਿੱਤਾ ਸਕੂਲ ਜਾ ਕੇ ਉਹਨੂੰ ਤੇ ਮਰਾਜਦੀਨ ਨੂੰ ਅਧਿਆਪਕ ਕੋਲੋਂ ਅੰਤਾਂ ਦੀ ਮਾਰ ਖਾਣੀ ਪਈ ਸੀ ਕਈ ਦਿਨਾਂ ਤੱਕ ਉਹਨਾਂ ਦੇ ਹੱਥ ਸੁੱਜੇ ਰਹੇ ਸਨ ਪਰ ਉਹ ਖੁਸ਼ ਸਨ ਕਿ ਉਹਨਾਂ ਨੇ ਯੂਨੀਅਨ ਜੈਕ ਨਹੀਂ ਮੰਗ ਕਰ ਦਿੱਤਾ ਸੀ ਤੇ ਪਿੱਛੋਂ ਜਦ ਉਹਨੂੰ ਪਤਾ ਲੱਗਾ ਕਿ ਉਹ ਨੌਜਵਾਨ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀ ਸਨ ਤਾਂ ਉਹਨੇ ਇਹ ਗੱਲ ਮਹਾਰਾਜ ਦੇਨ ਨੂੰ ਬੜੀ ਖੁਸ਼ੀ ਨਾਲ ਦੱਸੀ ਤੇ ਬਾਅਦ ਵਿੱਚ ਜਦੋਂ ਭਗਤ ਸਿੰਘ ਕੌਮੀ ਹੀਰੋ ਬਣ ਗਿਆ ਸੀ ਤੇ ਉਹਦਾ ਸ਼ਹੀਦੀ ਨੇ ਉਹਦੀ ਸ਼ਹੀਦੀ ਨੇ ਜਵਾਨਾਂ ਦੇ ਦਿਲਾਂ ਵਿੱਚ ਨਵਾਂ ਰੰਗਲਾ ਉਤਸ਼ਾਹ ਭਰ ਦਿੱਤਾ ਸੀ ਉਦੋਂ ਸ਼ਾਮ ਸੁੰਦਰ ਨੂੰ ਆਪਣੇ ਆਪ ਉੱਤੇ ਫਖਰ ਆਉਂਦਾ ਕਿਉਂਨੇ ਭਗਤ ਸਿੰਘ ਦੇ ਕਹੇ ਉਤੇ ਯੂਨੀਅਨ ਜੈਕ ਨੀਵਾ ਕਰ ਦਿੱਤਾ ਸੀ ਉਸ ਅਤੇ ਮਹਰਾਜਦੀਨ ਦੋਹਾਂ ਨੇ ਭਗਤ ਸਿੰਘ ਦੀ ਇੱਕ ਇੱਕ ਫੋਟੋ ਅਖਬਾਰ ਵਿੱਚੋਂ ਕੱਟ ਕੇ ਰੱਖ ਲਈ ਸੀ ਇਹ ਉਹ ਦਿਨ ਸਨ ਜਦੋਂ ਭਗਤ ਸਿੰਘ ਦੀ ਫੋਟੋ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਸੀ ਤੇ ਉਹ ਫੋਟੋ ਅੱਜ ਉਹ ਅੰਗਠੀ ਉਤੇ ਪਈ ਵੇਖ ਰਿਹਾ ਸੀ ਇਹ ਨਜ਼ਾਰਾ ਉਹਦੇ ਸਰੀਰ ਨੂੰ ਗਰਮਾ ਰਿਹਾ ਸੀ ਉਹਨੇ ਤਸਵੀਰ ਵੱਲ ਵੇਖ ਕੇ ਮੁੜ ਤਿਰੰਗੇ ਵੱਲ ਤੱਕਿਆ ਝੰਡਾ ਹਵਾ ਨੂੰ ਚੁੰਮਦਾ ਫਰਫਰਾ ਰਿਹਾ ਸੀ ਪਰ ਉਹਦੇ ਮਨ ਨੂੰ ਉਹ ਖੁਸ਼ੀ ਨਾ ਹੋਈ ਜੋ ਯੂਨੀਅਨ ਜੈਕ ਨੂੰ ਨੀਵਾਂ ਕਰਕੇ ਤੇ ਤਿਰੰਗੇ ਝੰਡੇ ਨੂੰ ਉੱਚਾ ਕੀਤਿਆਂ ਉਹਨੂੰ ਮਿਲਣੀ ਚਾਹੀਦੀ ਸੀ ਕਈ ਸਾਲ ਉਹਨੂੰ ਨਿਰਾਸ਼ ਹੋਣਾ ਪਿਆ ਸੀ ਪਰ ਅਜੇ ਵੀ ਉਹਨੂੰ ਆਸ ਸੀ ਕਿ ਇਹ ਖੁਸ਼ੀ ਉਹਨੂੰ ਜ਼ਰੂਰ ਪ੍ਰਾਪਤ ਹੋਏਗੀ ਉਹਦੇ ਪਿਤਾ ਨੇ ਐਵੇਂ ਤਾਂ ਨਹੀਂ ਸੀ ਜਲਿਆਂਵਾਲੇ ਬਾਗ 'ਚ ਗੋਲੀ ਖਾਦੀ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਐਵੇਂ ਤਾਂ ਨਹੀਂ ਸੀ ਫਾਂਸੀ ਦਾ ਰੱਸਾ ਚੁੰਮਿਆ ਉਹਨਾਂ ਆਪ ਐਵੇਂ ਤਾਂ ਨਹੀਂ ਸੀ ਯੂਨੀਅਨ ਜੈਕ ਨੂੰ ਨੀਵਾ ਕਰਕੇ ਬੈਂਤਾਂ ਦੀ ਮਾਰ ਖਾਦੀ ਤੇ ਕਈ ਸਾਲੋਂ ਆਪਣੇ ਦਿਲ ਨੂੰ ਇਸ ਖੁਸ਼ੀ ਦੀ ਆਮਦ ਦੇ ਭੁਲੇਖੇ ਦਾ ਧੋਖਾ ਦਿੰਦਾ ਰਿਹਾ ਸੀ ਕਈ ਸਾਲ ਤੋਂ ਚਰਖੇ ਵਾਲਾ ਤਿਰੰਗਾ ਉਹਦੀ ਡਿਊਟੀ ਉੱਤੇ ਝੁੱਲ ਰਿਹਾ ਸੀ ਪਰ ਖੁਸ਼ੀ ਅਜੇ ਨਹੀਂ ਸੀ ਆਈ ਖੁਸ਼ੀ ਖਬਰੇ ਭੁੱਲ ਕੇ ਕਿਹੜੇ ਮਹਿਲਾਂ 'ਚ ਜਾਵੜੀ ਸੀ ਮੈਂ ਕਿਹਾ ਸਭ ਉਹ ਰਾਜੀ تھے ਉਹ ਨਾ ਗਾਂ ਨੂੰ ਪੱਠੇ ਨਹੀਂ ਉਤਰ ਕੇ ਪਾਣੇ ਉਹਦੀ ਪਤਨੀ ਧੰਦੇ ਹੀ ਅੰਦਰ ਆਈ ਤੇ ਉਹਦੇ ਚਿਹਰੇ ਵੱਲ ਤੱਕਣ ਲੱਗੀ ਉਹ ਇੱਕ ਟੱਕ ਛੰਡੇ ਵੱਲ ਵੇਖੀ ਜਾ ਰਿਹਾ ਸੀ ਜਿਵੇਂ ਉਹਨੂੰ ਘੂਰ ਰਿਹਾ ਹੋਵੇ ਧੰਦੇ ਵੀ ਖਾਮੋਸ਼ ਉਹਦਾ ਉੱਤਰ ਉਡੀਕ ਰਹੀ ਸੀ ਪਰ ਕੋਈ ਉੱਤਰ ਨਾ ਆਇਆ ਧੰਦੇ ਵੀ ਦੇ ਹੋਠ ਫਰਕ ਉਠੇ ਜਿਵੇਂ ਉਹ ਕੁਝ ਹੋਰ ਕਹਿਣਾ ਚਾਹੁੰਦੀ ਹੋਵੇ ਤੇ ਆਖਰ ਉਸ ਦਰਦੀ ਦਰਦੀ ਨੇ ਪੁੱਛਣ ਦਾ ਹੌਸਲਾ ਕਰ ਹੀ ਲਿਆ ਸੁਣਾਓ ਕੁੜੀ ਵਾਸਤੇ ਕੋਈ ਕੰਮ ਬਣਿਆ ਕਈ ਦਿਨ ਵਿਚਾਰੀ ਨੂੰ ਆਈ ਨੂੰ ਹੋ ਗਏ ਨਹੀਂ ਉਹਦੇ ਪਤੀ ਨੇ ਝੁਰੜੀਆਂ ਵਾਲੇ ਚਿਹਰੇ ਵੱਲ ਤੱਕਣਾ ਸ਼ੁਰੂ ਕੀਤਾ ਉਸ ਦੇ ਚਿਹਰੇ ਤੋਂ ਕੁਝ ਲੱਭਣਾ ਚਾਹੁੰਦੀ ਸੀ ਪਰ ਜਿਵੇਂ ਸਾਰਾ ਕੁਝ ਉਹਦੀਆਂ ਝੁਰੜੀਆਂ ਦੇ ਜੰਗਲ 'ਚ ਗਵਾਚ ਗਿਆ ਸੀ ਦੋ ਚੌ ਥਾਵਾਂ ਤੋਂ ਪੁੱਛਿਆ ਸੀ ਵਿਆਜ ਦੇਣ ਬਾਰੇ ਵੀ ਮੈਂ ਤਾਂ ਆਖਿਆ ਸੀ ਪਰ ਕੋਈ ਕੰਜਰ ਨੰਨਾ ਨਹੀਂ ਧਰਦਾ ਤੂੰ ਸੁਸ਼ਮਾ ਨੂੰ ਆਪ ਕੋ ਜਨਾ ਨਹੀਂ ਮੈਂ ਆਪੇ ਗੱਲ ਕਰ ਲਾਂਗਾ ਉਹ ਜਿਵੇਂ ਖੂਚੋ ਬੋਲ ਰਿਆ ਸੀ ਛੋਟੀ ਕੁੜੀ ਬਿਮਲਾ ਉੰਜ ਗਰੀਬ ਘਰ ਵਿਆਹੀ ਸੀ ਤੇ ਸਦਾ ਕੁਝ ਨਾ ਕੁਝ ਮੰਗਦੀ ਰਹਿੰਦੀ ਸੀ ਤੇ ਇਹ ਵੱਡੀ ਸੁਸ਼ਮਾ ਅਮੀਰ ਘਰ ਵਿਆਹੀ ਸੀ ਪਰ ਇਹ ਅਮੀਰ ਗਰੀਬਾਂ ਨਾਲੋਂ ਵੀ ਭੁੱਖੇ ਨਿਕਲੇ ਸਨ ਦਾਜ ਘੱਟ ਲਜਾਣ ਕਰਕੇ ਉਹਦਾ ਸੱਸ ਸਹੁਰਾ ਸਦਾ ਹੀ ਸੁਸ਼ਮਾ ਨਾਲ ਨੱਕ ਮੂੰ ਵਟਦੇ ਰਹਿੰਦੇ ਸਨ ਜ਼ਰਾ ਜ਼ਰਾ ਜਨਿੰਗਾਲੂ ਤੇ ਸਾਸੂ ਨੂੰ ਝਿੜਕਦੀ ਝੰਬਦੀ ਰਹਿੰਦੀ ਸੀ ਹੁਣ ਉਹਦੇ ਪਤੀ ਨੇ ਭੇਜਿਆ ਸੀ ਕਿ ਜਾ ਕੇ ਉਹ ਘੱਟੋ ਘੱਟ 500 ਰੁਪਇਆ ਪੇਕਿਆਂ ਤੋਂ ਲਿਆਵੇ ਉਹਨੇ ਮੋਟਰਸਾਈਕਲ ਖਰੀਦਣਾ ਹੈ ਰੁਪਏ ਨਹੀਂ ਲਿਆਉਣੇ ਤਾਂ ਉਸ ਕਿਹਾ ਸੀ ਇੱਥੇ ਆਉਣ ਦੀ ਵੀ ਕੋਈ ਲੋੜ ਨਹੀਂ ਤੇ ਹੁਣ ਕਈ ਦਿਨਾਂ ਤੋਂ ਸੁਸ਼ਮਾ ਪੇਕੇ ਆਈ ਬੈਠੀ ਸੀ ਪਰ ਅਜੇ ਤੱਕ ਪੈਸਿਆਂ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਹੋ ਸਕਿਆ ਤੇ ਸ਼ਾਮ ਸੁੰਦਰ ਧਨਦੇਵੀ ਵੱਲ ਵੇਖਦਾ ਆਪਣੀਆਂ ਮੁੱਛਾਂ ਟੁੱਕਣ ਲੱਗ ਪਿਆ ਸੁਸ਼ਮਾ ਦੇ ਘਰ ਵਾਲੇ ਦਾ ਅੱਜ ਖਾਤ ਆਇਆ ਊਠ ਪਟਾਂਗ ਲਿਖ ਮਰਿਆ ਸੁ ਕੁੜੀ ਸਗੋਂ ਸਵੇਰ ਦੀ ਰੋ ਰੋ ਕੇ ਆਪਣਾ ਆਪ ਹੰਗਾਲ ਬੈਠੀ ਧਨਦੇਈ ਤੇ ਬੋਲ ਥਿੜਕ ਗਏ ਉਹਦਾ ਗੱਜ ਪਰ ਆਇਆ ਪਰ ਸ਼ਾਮ ਸੁੰਦਰ ਅੱਗੋਂ ਕੁਝ ਨਹੀਂ ਬੋਲਿਆ ਉਂਝ ਦਾ ਉਂਝ ਛੰਡੇ ਨੂੰ ਖੂਰੀ ਜਾ ਰਿਹਾ ਸੀ ਧਰਮਪਾਲ ਦਾ ਮੁੰਡਾ ਵੀ ਰੋਂਦਾ ਸੀ ਉਦੇ ਕੱਪੜੇ ਪਾਟੇ ਹੋਏ ਨੇ ਸਾਰੇ ਬਸਤਾ ਤਾਂ ਕਿਤਾਬਾਂ ਪਾਉਣ ਵਾਲਾ ਸਾਰਾ ਹੀ ਅੰਤਰਾ ਪਾਟ ਗਿਆ ਉਹ ਬੋਲਦੀ ਬੋਲਦੀ ਚੁੱਪ ਕਰ ਗਈ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਕੋਲ ਪਈ ਆਪਣੇ ਵੱਡੇ ਪੁੱਤਰ ਧਰਮਪਾਲ ਦੀ ਫੋਟੋ ਵੇਖਣ ਲੱਗ ਪਈ ਜਿਹੜਾ ਪੁੱਤਰ ਭਾਰਤ-ਪਾਕਿਸਤਾਨ ਦੀ ਲੜਾਈ 'ਚ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ ਸ਼ਾਮ ਸੁੰਦਰ ਦੀਆਂ ਨਜ਼ਰਾਂ ਵੀ ਧੰਦੇ ਨਾਲ ਹੀ ਫੋਟੋ ਵੱਲ ਮੁੜ ਪਈਆਂ ਫੋਟੋ ਹੇਠਾਂ ਲਿਖਿਆ ਹੋਇਆ ਸੀ ਕਿ ਫੁਲਾਂ ਸੈਕਟਰ ਵਿੱਚ ਇੰਨੀ ਤਰੀਕ ਨੂੰ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ ਦੇਸ਼ ਦੀ ਰੱਖਿਆ ਉਹ ਬੜਬੜਾਇਆ ਦੇਸ਼ ਦੀ ਰੱਖਿਆ ਕਰਨ ਵਾਲੇ ਦੇ ਮਰ ਜਾਣ ਪਿੱਛੋਂ ਉਹਦੇ ਪਰਿਵਾਰ ਦੀ ਰੱਖਿਆ ਕਰਨਾ ਕਿਹਦਾ ਫਰਜ਼ ਬਣਦਾ ਹੈ ਉਸ ਸੋਚਿਆ ਤੇ ਫਿਰ ਭਗਤ ਸਿੰਘ ਦੀ ਤਸਵੀਰ ਵੱਲ ਵੇਖਦਿਆਂ ਖਬਰੇ ਉਹਨੂੰ ਕਿਵੇਂ ਮਰਾਜਦੀਨ ਦਾ ਚੇਤਾ ਆ ਗਿਆ ਤੇ ਉਹ ਸੋਚਣ ਲੱਗਾ ਉਹ ਤੇ ਮਰਾਜਦੀਨ ਆਪਸ ਵਿੱਚ ਕਿਵੇਂ ਲੜ ਸਕਦੇ ਹਨ ਉਹਦਾ ਪੁੱਤਰ ਤੇ ਮਹਾਰਾਜ ਦੇਨ ਦਾ ਪੁੱਤਰ ਇੱਕ ਦੂਜੇ ਦੀ ਹਿੱਕ ਵਿੱਚ ਕਿਹੜੀ ਗੱਲੋਂ ਗੋਲੀ ਮਾਰ ਸਕਦੇ ਹਨ ਉਹਨਾਂ ਨੂੰ ਇੱਕ ਦੂਜੇ ਤੋਂ ਰੱਖਿਆ ਕਰਨ ਦੀ ਲੋੜ ਕਿਵੇਂ ਪਾਸ ਸਕਦੀ ਹੈ ਤੇ ਉਸ ਨੂੰ ਇਸ ਸਾਰੇ ਮਾਮਲੇ ਦੀ ਸਮਝ ਨਾ ਆਈ ਉਹਦਾ ਜੀ ਕੀਤਾ ਉੱਚੀ ਸਾਰੀ ਚੀਕੇ ਪਰ ਚੀਕ ਜਿਵੇਂ ਉਹਦੇ ਸੰਗ ਚੜ ਗਈ ਧੰਨ ਦੇ ਚੁੱਪ ਕੀਤੀ ਦਰਵਾਜ਼ੇ 'ਚੋਂ ਬਾਹਰ ਨਿਕਲ ਆਈ ਉਸੇ ਵੇਲੇ ਸ਼ਾਮ ਸੁੰਦਰ ਦਾ ਪੋਤਰਾ ਧਰਮਪਾਲ ਦਾ ਮੁੰਡਾ ਅੰਦਰ ਆਇਆ ਦੇਵੂ ਉਸ ਉੱਤੇ ਡਿੱਗਦਾ ਬੋਲਿਆ ਬਾਉ ਜੀ ਮੈਨੂੰ ਕੱਪੜੇ ਬਣਾ ਦਿਓ ਸਾਰੇ ਪਾਟ ਗਏ ਨੇ ਨਾਲੇ ਬਸਤਾ ਤਾਂ ਮੇਰਾ ਹੈ ਹੀ ਨਹੀਂ ਬਾਉ ਜੀ ਪਰਸੋਂ ਦਾ ਕਿਤਾਬਾਂ ਵੀ ਹੱਥ 'ਚ ਫੜ ਕੇ ਲੈ ਜਾਂਦਾ ਇੰਜ ਮੁੰਡੇ ਚੁੱਕ ਲੈਂਦੇ ਆ ਬਾਉ ਜੀ ਲੈ ਦਿਓ ਨਾ ਉਹਨੇ ਤਰਲਾ ਕੀਤਾ ਸ਼ਾਮ ਸੁੰਦਰ ਨੇ ਉਹਦੀ ਪਿੱਠ ਉੱਤੇ ਹੱਥ ਫੇਰਿਆ ਫਿਰ ਭਗਤ ਸਿੰਘ ਤੇ ਧਰਮਪਾਲ ਦੀਆਂ ਤਸਵੀਰਾਂ ਵੱਲ ਤੱਕਿਆ ਪਤਾ ਨਹੀਂ ਉਹਦੇ ਚਿਹਰੇ ਉੱਤੇ ਕਿਹੋ ਜਿਹਾ ਅਜੀਬ ਪ੍ਰਭਾਵ ਸੀ ਬੱਚਾ ਫਿਰ ਕੁਝ ਨਾ ਬੋਲਿਆ ਸਾਹਮਣੇ ਵੇੜੇ ਵਿੱਚ ਸੁਸ਼ਮਾ ਕੋਈ ਕੰਮ ਕਰਨ ਲਈ ਦੋ ਵਾਰ ਇਧਰ ਉਧਰ ਗਈ ਉਸ ਵੱਲ ਵੀ ਅੱਖਾਂ ਪਾੜ-ਪਾੜ ਵੇਖਣ ਲੱਗਾ ਉਸਦੇ ਮਨ ਵਿੱਚ ਕਈ ਵਿਚਾਰ ਇੱਕ ਦੂਜੇ ਨੂੰ ਦਬਾਉਂਦੇ ਗੁਜ਼ਰ ਰਹੇ ਸਨ ਉਹ ਚੁੱਪਚਾਪ ਉੱਠਿਆ ਵੇੜੇ 'ਚੋਂ ਹੁੰਦਾ ਹੋਇਆ ਉਹ ਡੇਉੜੀ ਦੀਆਂ ਪੌੜੀਆਂ ਚੜ ਗਿਆ ਕੋਠੇ ਤੋਂ ਉਤਰ ਕੇ ਉਹਨੇ ਰਸੋਈ ਵੱਲ ਹੁੰਦਿਆਂ ਜਿੱਥੇ ਸਾਰਾ ਪਰਿਵਾਰ ਬੈਠਾ ਸੀ ਧੰਨਦੇਈ ਵੱਲ ਚਰਖੇ ਵਾਲਾ ਤਿਰੰਗਾ ਝੰਡਾ ਸੁੱਟਦਿਆਂ ਕਿਆ ਲੈ ਇਹਨੂੰ ਪਾੜ ਕੇ ਮੁੰਡੇ ਨੂੰ ਬਸਤਾ ਤਾਂ ਬਣਾ ਦੇ ਬਾਕੀ ਫੇਰ ਸਾਰਾ ਪਰਿਵਾਰ ਹੈਰਾਨ ਹੋਇਆ ਉਹਦੇ ਚਿਹਰੇ ਵੱਲ ਵੇਖ ਰਿਆ ਸੀ ਧੰਨਦੇਈ ਤੰਬ ਦੇ ਹੱਥਾਂ ਨਾਲ ਝੰਡੇ ਦਾ ਕੱਪੜਾ ਸੰਭਾਲ ਰਹੀ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਪਾਣੀ ਸੇਮ ਆਇਆ ਪਰ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਖੁਸ਼ਕ ਸਨ ਉਸ ਨੂੰ ਮਹਿਸੂਸ ਹੋਇਆ ਜਿਵੇਂ ਸਾਰਿਆਂ ਦੀਆਂ ਅੱਖਾਂ ਵਿੱਚ ਉਹ ਖੁਸ਼ੀ ਮਰ ਗਈ ਸੀ ਜਿਹੜੀ ਖੁਸ਼ੀ ਯੂਨੀਅਨ ਜੈਕ ਦੇ ਨਿਵੇਂ ਹੋਣ ਤੋਂ ਪਿੱਛੋਂ ਤਿਰੰਗੇ ਝੰਡੇ ਦੇ ਉੱਚੇ ਹੋਣ ਨਾਲ ਆਉਣੀ ਸੀ ਜਿਸ ਨੂੰ ਕਈ ਸਾਲ ਉਡੀਕਦਾ ਰਿਹਾ ਸੀ ਤੇ ਜਿਸ ਖੁਸ਼ੀ ਲਈ ਉਹਦੇ ਪਿਤਾ ਨੇ ਜਲਿਆਂਵਾਲੇ ਬਾਗ 'ਚ ਗੋਲੀ ਖਾਧੀ ਸੀ ਜਿਸ ਖੁਸ਼ੀ ਲਈ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ ਜਿਸ ਖੁਸ਼ੀ ਦੀ ਉਹ ਡੀਕ ਵਿੱਚ ਉਹਨੇ ਤੇ ਮਹਾਰਾਜ ਦੀਨ ਨੇ ਬੈਂਤਾਂ ਦੀ ਮਾਰ ਖਾਦੀ ਸੀ ਤੇ ਸ਼ਾਇਦ ਜਿਸ ਖੁਸ਼ੀ ਨੂੰ ਡੀਕ ਦਾ ਉਹਨਾਂ ਦਾ ਪੁੱਤਰ ਧਰਮਪਾਲ ਪਤਾ ਨਹੀਂ ਕਿਦੇ ਲਈ ਲੜਦਾ ਮਰ ਗਿਆ ਸੀ ਧੰਨਵਾਦ ਵਰਿਆਮ ਸਿੰਘ ਸੰਧੂ ਦੀ ਕਹਾਣੀ ਅੰਗ ਸੰਗ ਅੱਜ ਭੋਗ ਪੈ ਗਿਆ ਸੀ ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ ਇਸ ਦੇ ਨਾਲ ਹੀ ਇਸ ਨਿੱਕੇ ਜਿਹੇ ਅਧਨੀ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ ਪਰ ਜੀ ਦੇ ਕੀਤੇ ਛੋਟੇ ਛੋਟੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵਕ-ਵਕ ਰੂਪਾਂਚ ਅਸਰੰਦਾਜ਼ ਹੋਣਾ ਸੀ ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਝੀਆਂ ਤੇ ਲੇਟਿਆ ਹੋਇਆ ਸੀ ਇੱਕ ਚੁੱਪ ਹਨੇਰੇ ਵਾਤਾਵਰਨ ਚੱਤ ਨਹੀਂ ਹੋਈ ਸੀ ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ ਹੱਸਦਾ ਗੁੱਸੇ ਹੁੰਦਾ ਰੋਂਦਾ ਮੱਝਾ ਚੋਂਦਾ ਪੱਠੇ ਕੁੱਤਰਦਾ ਡੰਗਰ ਖੋਲਦਾ ਬੰਨਦਾ ਉਹਨਾਂ ਨੂੰ ਪਾਣੀ ਪਿਉਂਦਾ ਹਲ ਵਾਹਂਦਾ ਜੀਆਂ ਨੂੰ ਵਰਚਾਉਂਦਾ ਮਾਰਦਾ ਕੁੱਟਦਾ ਵੱਖ-ਵੱਖ ਰੂਪਾਂ ਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ ਉਹ ਚੁੱਪ ਬੁੱਲਾਂ ਨਾਲ ਉਸਨਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ ਉਹਨਾਂ ਦੇ ਅੰਗ ਸੰਗ ਸੀ ਇਸੇ ਘਰ ਵਿੱਚ ਸੀ ਉਹਨਾਂ ਦੇ ਕੋਲ ਹੀ ਪਰੇ ਡੰਗਰਾ ਅੱਗੇ ਸੁੱਤਾ ਹੋਇਆ ਸ਼ਰਾਬ ਵਿੱਚ ਗੁੱਟ ਅਮਰੀਕ ਜੋ ਪਿੰਡੋਂ ਦੂਰ ਕਿਦਰੇ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ ਜਿਹੜੇ ਦਿਨ ਉਹਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿਛੋਕ ਇੱਕ ਕਾਲੇ ਪਰਛਾਵੇਂ ਵਾਂਗ ਉਹਦੇ ਨਾਲ-ਨਾਲ ਤੁਰੇ ਸਨ ਇਨਾਂ ਦਿਨਾਂ ਤੋਂ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਜਿਵੇਂ ਕੂਲੇ ਵੜ੍ਹ ਕੇ ਨੂੰ ਹਲੀਂ ਜੋ ਦਿੱਤਾ ਹੋਵੇ ਜਿਵੇਂ ਬਹੁਤ ਵੱਡਾ ਪਹਾੜੀ ਭਾਰ ਉਹਦੇ ਸਿਰ ਉੱਤੇ ਆ ਪਿਆ ਹੋਵੇ ਉਹਨੂੰ ਤਾਂ ਜੇ ਇਹਦਾ ਚਿੱਤ ਚੇਤਾ ਵੀ ਨਹੀਂ ਸੀ ਉਹਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਤੇ ਉਸ ਤੋਂ ਤਾਂ ਉਸ ਤੋਂ ਹੀ ਪਤਾ ਲੱਗਾ ਸੀ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤਾ ਨਸ਼ਾ ਪੀ ਲਿਆ ਸੀ ਜਾਂ ਖਬਰੇ ਵਾ ਵਜ ਗਈ ਸੀ ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾ ਅੱਗੇ ਸੁੱਤੇ ਨੂੰ ਅਮਰੀਕ ਦੀ ਮਾਂ ਜਗੀਰ ਕੌਰ ਜਗਾਉਣ ਗਈ ਤਾਂ ਉਹ बेहोश ਪਿਆ ਸੀ। ਸਾ ਕਰੜ ਕਰੜ ਕਰਕੇ ਆ ਰਿਹਾ ਸੀ। ਉਸੇ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਤੇ ਉਹਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਹਨੂੰ ਸ਼ਹਿਰ ਹਸਪਤਾਲ ਲਿਆਂਦਾ ਸੀ। ਤੇ ਦੂਜੇ ਦਿਨ ਮਹਿੰਦਰ ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ লাশ ਸ਼ਾਮ ਦੇ ਕੁਸਮੂਸੇ ਚ ਪਿੰਡ ਲੈ ਆਏ ਸਨ। ਵੱਡੀ ਕੁੜੀ ਬੰਸੋ ਨੇ ਜੋ ਪਿਓ ਦੀ ਬਿਮਾਰੀ ਸੁਣ ਕੇ ਸੌਰੀਆਂ ਆ ਗਈ ਹੋਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਗਲੀਆਂ ਸਿਰ ਤੇ ਚੁੱਕ ਲਈਆਂ ਤੇ ਉਹ ਚੀਕਾ ਮਾਰਦੀ ਹੋਈ ਪਿਓ ਦੀ ਲਾਸ਼ ਤੇ ਆ ਡਿੱਗੀ ਵੇ ਮੇਰੇ ਆ ਰਾਜਾ ਬਾਬਲਾ ਸਾਨੂੰ ਵਿਲਕਦਿਆਂ ਯਤੀਮਾਂ ਨੂੰ ਛੱਡ ਕੇ ਕਿੱਧਰ ਤੁਰ ਗਿਓ ਵੇ ਤੇਰੇ ਬਿਨਾ ਉੱਜੜ ਗਏ ਅਸੀਂ ਵਸਤੇ ਨਗਰ ਚ ਸਾਰਾ ਪਰਿਵਾਰ ਤਾਂ ਹਾਰ ਰਿਆ ਸੀ ਲੋਕ ਜੁੜ ਗਏ ਸਨ ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ ਸਵੇਰੇ ਦੂਜੀ ਕੁੜੀ ਵੀ ਸੌਰਿਆਂ ਤੋਂ ਆ ਗਈ ਸੀ ਤੇ ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਘਰ ਦਾ ਸਾਈਂ ਤੁਰ ਗਿਆ ਸੀ ਤੇ ਪਿੱਛੇ ਰਹਿ ਗਈਆਂ ਸਨ ਅਫਸੋਸ ਲਈ ਆਈ ਲੋਕਾਂ ਦੀਆਂ ਦਿਲ ਬਰੀਆਂ ਅਮਰੀਕ ਸਿਆਂ ਫਿਕਰ ਨਾ ਕਰ ਜੋ ਆਇਆ ਸੋ ਚੱਲ ਸੀ ਮਹਾਰਾਜ ਚ ਲਿਖਿਆ ਜਗ ਚਲਣੀ ਸਰਾ ਵੱਡੇ ਵੱਡੇ ਲੱਦ ਗਏ ਰੋਂਨ ਵਰਗੇ ਜਿਨਾ ਕਾਲ ਪਾਵੇ ਨਾਲ ਬੱਧਾ ਸੀ ਪਰ ਬੰਦਾ ਉਮਰ ਨਾਲ ਜਾਵੇ ਹਰਖ ਨਹੀਂ ਹੁੰਦਾ ਉਹਨੂੰ ਲੈ ਬੈਠੇ ਉਹਦੇ ਵੇਲ ਨਹੀਂ ਤਾਂ ਉਹ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ ਮਰਿਆ ਨਾਲ ਮਰਿਆ ਨਹੀਂ ਜਾਂਦਾ ਹੀਰਿਆ ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਸਿਰ ਹੈ ਮਰਦ ਬਣ ਕੇ ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਲਈ ਉਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ ਉਸਨੂੰ ਇੱਕ ਤਰ੍ਹਾਂ ਵੱਲ ਪਾ ਲਿਆ ਸੀ ਨਾਗ ਵਾਂਗੂ ਇਸ ਨਾਮ ਦਾ ਪਹਿਲਾ ਡਾਂਗ ਨੂੰ ਉਦੋਂ ਵੱਜਾ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ ਤੇ ਆਇਆ ਸੀ ਤੇ ਉਹਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਕੇ 1600 ਰੁਪਏ ਖਾਦ ਦੇ ਕਰਜ਼ੇ ਵੱਜੋਂ ਉਹਦੇ ਪਿਓ ਦੇ ਨਾਂ ਤੇ ਦੱਸਦਿਆਂ ਕਿਹਾ ਸੀ ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕ ਮੁਸ਼ਤ ਜਮਾ ਕਰਾਉਣੇ ਪੈਣੇ ਹਨ ਤੇ ਅਮਰੀਕ ਨੂੰ ਅੱਗੋਂ ਕੁਝ ਹੋਰ ਨਹੀਂ ਸਿਰਿਆ ਕੁਝ ਮੌਲਤ ਜਾਂ ਰਿਆਇਤ ਮੰਗਣ ਤੇ ਇਨਸਪੈਕਟਰ ਨੇ ਕਿਹਾ ਸੀ ਕਿ ਉਹ ਦੋ ਕਿਸ਼ਤਾਂ ਚ ਪੈਸੇ ਚੁੱਕ ਦੇ ਕਰ ਦੇਵੇ ਪਹਿਲੀ ਕਿਸ਼ਤ ਲਈ ਉਹਨੇ 15 ਦਿਨਾਂ ਦੀ ਮੌਲਤ ਦਿੱਤੀ ਸੀ ਇਹ ਰਿਆਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਰਿਹਾ ਸੀ ਛੋਟਾ ਮਿੰਦਰ ਕੋਈ ਬਹੁਤਾ ਸਾਉ ਨਹੀਂ ਸੀ ਨਿਕਲਿਆ ਉਹਦਾ ਵਾਹੀਵਲ ਕੋਈ ਬਹੁਤਾ ਧਿਆਨ ਨਹੀਂ ਸੀ ਡੰਗਰ ਧੁੱਪੇ ਸੜਦੇ ਰਹਿੰਦੇ ਸਨ ਤੇ ਉਹ ਹਜ਼ਾਰੀ ਟੁੰਡੇ ਦੇ ਕੋਠੇ ਤੋਂ ਤੇ ਉੱਡਦੇ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ ਪਿਓ ਨੂੰ ਅੱਗੋਂ ਸਿੱਧਾ ਆਉਂਦਾ ਸੀ ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ ਉਸ ਤੋਂ ਛੋਟੀ ਕੁੜੀ ਅਜੇ 7ਵੀਂ ਚ ਪੜਦੀ ਸੀ ਅਮਰੀਕ ਨੇ ਸੋਚਿਆ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਖੱਤੀ ਵਿਆਹ ਗਿਆ ਸੀ ਨਹੀਂ ਤਾਂ ਤੇ ਉਸ ਲੰਮਾ ਹੋਕਾ ਭਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ ਤੇ ਭਾਵੇਂ আফਿਮ ਖਾਂਦਾ ਸੀ ਅਮਰੀਕ ਨੂੰ ਤਾਂ ਪਿਉ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਨ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥੇ ਲਿਆ ਰੱਖਦਾ ਸੀ ਤਨਖਾਹ ਨਾਲ ਤੇ ਮਾੜੀ ਚੰਗੀ ਵਾਹੀ ਨਾਲ ਘਰ ਦਾ ਸਾਰਾ ਖਰਚਾ ਤੋਰੀ ਫਿਰਦੇ ਸਾਂ ਅਮਰੀਕ ਨੇ ਕਦੀ ਡੁੰਗਾਈ ਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਤੇ ਅਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ ਜਈ ਸੀ ਜੋ ਮਰਜ਼ੀ ਕਰੋ ਮੇਰੇ ਵੱਲੋਂ ਉਹਦਾ ਕੁਝ ਇੰਜ ਦਾ ਰਵੱਈਆ ਰਿਹਾ ਸੀ ਉਹ ਅੰਦਰੋਂ ਅੰਦਰੀ ਪਿਓ ਤੋਂ ਦੂਰ ਨਾ ਹੁੰਦਾ ਖਬਰੇ ਉਹਨੂੰ ਪਿਆਰ ਕਰਦਾ ਸਮਝਾਉਂਦਾ ਤੇ ਉਹ ਇਸ ਹੱਦ ਤੱਕ ਨਾ ਵੱਧਦਾ ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ 'ਚ ਰੁੜ ਗਿਆ ਸੀ ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦੀਆਂ ਅੱਖਾਂ 'ਚ ਪਾਣੀ ਤਰ ਆਇਆ। ਉਹਨੇ ਅੱਖਾਂ ਘੁੱਟ ਕੇ ਮੀਟੀਆਂ ਫਿਰ ਖੋਲੀਆਂ। ਅੱਖਾਂ ਵਿੱਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ। ਕਈ ਸਾਲਾਂ ਤੋਂ ਉਹ ਪਿਓ ਨਾਲ ਘੁੱਟਿਆ-ਘੁੱਟਿਆ ਰਿਹਾ ਸੀ। ਉਹਨਾਂ ਇੱਕ ਦੂਜੇ ਨਾਲ ਕਦੇ ਘਟਵਾਦੀ ਦਿਲ ਦੀ ਗੱਲ ਕੀਤੀ ਸੀ। ਉਹਨੂੰ ਕਈ ਅਜੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ ਗੱਲਾਂ ਕਰਦੇ ਸਨ ਉਹ ਵੀ ਤਾਂ ਇੰਜ ਕਰ ਸਕਦਾ ਸੀ ਪਰ ਉਹ ਕੁਝ ਵੀ ਨਹੀਂ ਸੰ ਕਰ ਸਕੇ ਕਿਉਂਕਿ ਉਹਦਾ ਪਿਓ ਤੁਰ ਗਿਆ ਸੀ ਛੋਟੀ ਉਮਰ ਵਿੱਚ ਹੀ 45 ਸਾਲ ਵੀ ਕੋਈ ਉਮਰ ਹੁੰਦੀ ਹੈ ਉਹਦੇ ਅੰਦਰ ਭਰਵੀਂ ਰੀਜ ਜਾਗੀ ਕਾਸ਼ ਕਿਤੇ ਉਹਦਾ ਪਿਓ ਜੀ ਹੰडा ਹੋ ਜਾਏ ਤੇ ਉਸ ਨਾਲ ਇੰਨਾ ਪਿਆਰ ਕਰੇ ਇੰਨਾ ਪਿਆਰ ਕਰੇ ਕਿ ਉਹ ਦੂਰ ਬਚਪਨ ਚ ਗਵਾਚ ਗਿਆ ਨਿੱਕੀ ਨਿੱਕੀ ਦਾੜੀ ਵਾਲਾ ਉਹਦਾ ਪਿਓ ਉਹਨੂੰ ਪਹਿਲੀ ਜਮਾਤ ਚ ਦਾਖਲ ਕਰਾਉਣ ਗਿਆ ਤਾਂ ਮਾਸਟਰ ਮੁਲਖ ਰਾਜ ਅਮਰੀਕ ਦੀ ਪਿੱਠ ਥਾਪੜ ਦਿਆਂ ਕਹਿ ਰਿਹਾ ਸੀ ਆ ਵੇਖ ਤੇਰੇ ਜੱਡੇ ਸਾਰੇ ਮੁੰਡੇ ਉਹ ਵੇਖ ਖੁਸ਼ੀਏ ਕੋਤੀ ਦਾ ਮੁੰਡਾ ਤੇਰੇ ਤੋਂ ਵੀ ਛੋਟਾ ਉਹ ਮੁੰਡਿਓ ਅਮਰੀਕੇ ਦਾ ਪਿਓ ਵੀ ਮੇਰੇ ਕੋਲ ਪੜਦਾ ਰਿਹਾ ਤੇ ਜੇ ਹੁਣ ਅਮਰੀਕ ਸਿਓ ਸਰਦਾਰ ਵੀ ਪੜਿਆ ਕਰੂ ਤੇ ਪਤਾਸੇ ਵੰਡਣ ਤੋਂ ਬਾਅਦ ਮਾਸਟਰ ਨੇ ਜਦੋਂ ਉਹਦੇ ਪਿਓ ਤੋਂ 5 ਰੁਪਏ ਦਾ ਨੋਟ ਦਾਖਲ ਕਰਾਈ ਲਿਆ ਸੀ ਤਾਂ ਹਰਸਕੇ ਕਹਿੰਨ ਲੱਗਾ ਸੀ ਮਾਸਟਰ ਜੀ ਇਹਨੂੰ ਵੀ ਕਿਤੇ ਸਾਡੇ ਅਰਗਾ ਹੀ ਨਾ ਪੜਾਇਓ ਸਾਡੀ ਤਾਂ ਬੜੀ ਡੋਪਤੀ ਜੀ ਇਹਨੂੰ ਬੰਨੇ ਲਾ ਦਿਓ ਤੇ ਮੁਲਖ ਰਾਜ ਖੀ ਖੀ ਕਰਕੇ ਹੱਸਦਾ ਹੋਇਆ ਕਹਿ ਰਿਹਾ ਸੀ ਆ ਜਾ ਪੁੱਤਰਾ ਬਾਜ ਆ ਜਾ ਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਚ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ ਤੇ ਖਲੋਤਾ ਹੱਸ ਰਿਹਾ ਸੀ ਕੱਕੀ ਦਾੜੀ ਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ ਜਿਹਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ ਜਿਹੜਾ ਅਜੇ ਵੀ ਛਾਲ ਮਾਰਦਾ ਸੀ ਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਆ ਹੁਣ ਸਾਤ ਛਾਲਾ ਕਿੱਥੇ ਵੱਜਦੀਆਂ ਬੁੱਢਿਆਂ ਬੰਦਿਆਂ ਤੋਂ ਤੇ ਫਿਰ 6-7 ਸਾਲ ਦੇ ਅਮਰੀਕ ਦੇ ਪਿੱਠ ਥਾਪੜ ਕੇ ਆਖਦਾ ਤੂੰ ਮਾਰਿਆ ਕਰ ਛਾਲਾ ਪੁੱਤਰ ਹੁਣ ਸਾਡੀ ਥਾਂ ਤੇ ਬੁੱਢਿਆਂ ਬੰਦਿਆਂ ਦੀ ਤੇ ਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਸੀ ਕਿ ਉਹਦਾ ਪਿਓ ਬੁੱਢਾ ਹੋਵੇ ਉਹਦੀ ਦਾੜੀ 'ਚ ਤੌਲੇ ਆਉਣ ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਰਜ ਨਾ ਵੀ ਬੰਦਾ ਅਮਰੀਕ ਕੋਲੋਂ ਉਹਦੇ ਪਿਓ ਬਾਰੇ ਪੁੱਛਦਾ ਤਾਂ ਇਹੋ ਆਖਦਾ ਉਹ ਤੇਰਾ ਵੱਡਾ ਭਰਾ ਹੈ ਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ ਉਹਦਾ ਪਿਓ ਪਿਓ ਕਿਉਂ ਕਿਉਂ ਨਹੀਂ ਲੱਗਦਾ ਭਰਾ ਕਿਉਂ ਲੱਗਦਾ ਤੇ ਉਹ ਸੋਚਦਾ ਸਾਰੇ ਪਿਓਆਂ ਨੂੰ ਸਿਆਣੇ ਸਿਆਣੇ ਧੌਲੀ ਦਾੜੀ ਵਾਲੇ ਹੋਣਾ ਚਾਹੀਦਾ ਤੇ ਛਾਲਾ ਮਾਰਦੇ ਉਹਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ ਪੁੱਤਰਾ ਆਉਂਦੀਆਂ ਗੱਲਾਂ ਤੈਨੂੰ ਤੇਰੇ ਸਿੰਗਾ ਤੇ ਐ ਅਜੀ ਜਦੋਂ ਸਿਰ ਤੇ ਪਈ ਫੇਰ ਵੇਖੀ ਦੇਸੀ ਸੰਪੇਉ ਦੇ ਸਿਰ ਨੂੰ ਜਿਹੜਾ ਸਿੰਗਾਪੁਰੋਂ 4 ਪੈਸੇ ਕਲਾਈ ਜਾਂਦਾ ਤੇ ਉਹ ਸੱਚੀ ਪਿਓ ਦੇ ਸਿਰ ਤੇ ਐਸ਼ ਲੰਦਾ ਰਿਹਾ ਸੀ ਜ਼ਮੀਨ ਹਿੱਸੇ ਠੇਕੇ ਦੇ ਛੱਡਦਾ ਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਦੋ ਘੋੜਾ ਬੋਸਕੀ ਦੀ ਲਿਸ਼ਕ ਦੀ ਕਮੀਜ਼ ਪਾਈ ਸਿਰ ਤੇ ਗਾਜਰੀ ਪੱਗ ਬੰਨੀ ਫਿਰਦਾ ਰਹਿੰਦਾ ਉਹਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕ ਦੀ ਸਮਾਂ ਵਾਲੀ ਡਾਂਗ ਹੁੰਦੀ ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ ਅਮਰੀਕ ਨੂੰ ਯਾਦ ਸੀ ਉਹਦੇ ਪਿਓ ਨੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ ਛਾਲਾ ਮਾਰਨ ਤੇ ਕੌਡੀ ਖੇਡਣ ਤੋਂ ਬਿਨਾ ਉਹਨੇ ਵਧੀਆ ਸ਼ਿਕਾਰੀ ਕੁੱਤੇ ਵੀ ਪਾਲ ਰੱਖੇ ਸਨ ਤੇ ਉਹ ਟਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਦੂਜੇ ਚੌਥੇ ਦਿਨ ਉਹਨਾਂ ਦੇ ਘਰ ਮਾਸ ਨੂੰ ਤੜਕੇ ਲੱਗਦੇ ਰਹਿੰਦੇ ਤੇ ਚੁਬਾਰੇ 'ਚ देर तਾਈਂ ਮਹਿਫਿਲ ਜੁੜੀ ਰਹਿੰਦੀ ਉਦੋਂ ਅਜੇ ਨਵੀਆਂ ਖਾਦਾਂ ਤੇ ਬੀਜ ਤੁਰੇ ਨਹੀਂ ਸਨ ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ ਸ਼ਾਇਦ ਉਂਝਵੀ ਬਹੁਤੀ ਆਮਦਨ ਕਮਾਉਣ ਵਾਲਾ ਦਾ ਰੁਝਾਨ ਨਹੀਂ ਸੀ ਇੰਜ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ਰਿਆਂ 'ਚ ਉਡਾਰ ਦਿੰਦਾ ਸੀ ਪਰ ਪਿੰਡ 'ਚ ਉਹਦੀ ਇੱਜ਼ਤ ਬਣੀ ਹੋਈ ਸੀ ਵਧੀਆ ਖਿਡਾਰੀ ਹੋਣ ਕਰਕੇ ਚਿੱਟੇ ਕੱਪੜਿਆਂ ਕਰਕੇ ਪੈਸੇ ਵਾਲੇ ਦਾ ਪੁੱਤ ਹੋਣ ਕਰਕੇ ਤੇ ਚਾਰ ਬੰਦੇ ਡਾਂਗਾ ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਹਨੂੰ ਲਡਾਉਂਦੇ ਹੀ ਰਹਿੰਦੇ। ਉਹਦੀਆਂ ਗੋਰੀਆਂ ਗੱਲਾਂ ਥਪਕਦੇ। ਉਹਦੇ ਪਿਓ ਨੂੰ ਮੋਖ ਖੱਤਬ ਹੁੰਦੇ, ਤੇਰੀ ਜਨਾਨੀ ਵਧੀਆ ਦਿੰਦੀ ਏ ਬੱਚੇ। ਤੇ ਅਮਰੀਕ ਜੋ ਥੋੜਾ ਥੋੜਾ ਸਿਆਣਾ ਹੋ ਗਿਆ ਸੀ, ਉਹਨਾਂ ਦੀਆਂ ਗੱਲਾਂ ਸੁਣ ਕੇ ਕੰਨਾਂ ਤਾਂ ਹੀ ਲਾਲ ਹੋ ਜਾਂਦਾ। ਇੰਜ ਕਰਤਾਰ ਸਿੰਘ ਦਾ ਪਿੰਡ ਵਿੱਚ ਟੌਰ ਸੀ ਤੇ ਉਹਦੇ ਕਰਕੇ ਅਮਰੀਕ ਦਾ ਸਕੂਲ ਵਿੱਚ ਕੋਈ ਨਿਆਣਾ ਉਹਨੂੰ ਮਾਰਦਾ ਨਹੀਂ ਸੀ। ਸੰਗੇ ਕੱਪੜਿਆਂ ਵਾਲਾ ਹੋਣ ਕਰਕੇ ਸਾਰੇ ਉਹਨੂੰ ਯਾਰ ਬਣਾਉਣਾ ਲੋਚਦੇ ਹੀ ਮਾਸਟਰ ਉਹਨੂੰ ਪਿਆਰ ਕਰਦਾ ਸੀ ਤੇ ਅਮਰੀਕ ਉਹ ਦਿਨ ਯਾਦ ਕਰਕੇ ਸੋਚ ਰਿਹਾ ਸੀ ਕਾਸ਼ ਉਹਦਾ ਪਿਆਰ ਸਦਾ ਇਸ ਤਰ੍ਹਾਂ ਰਹਿੰਦਾ ਤੇ ਉਹ ਉਸ ਨੂੰ ਉਸੇ ਤਰ੍ਹਾਂ ਹੀ ਪਿਆਰ ਕਰਦਾ ਰਹਿੰਦਾ ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਟਾਣੀਆਂ 'ਚ ਫਿਰਨ ਤੋਂ ਵਰਜਦੀ ਰਹਿੰਦੀ ਪਰ ਉਹ ਕਿਦੀ ਪਰਵਾਹ ਕਰਦਾ ਸੀ ਪਤਨੀ ਨੂੰ ਤਾਂ ਜੁਰਤ ਹੀ ਨਹੀਂ ਸੀ ਕਿ ਉਹ ਸੱਗੇ ਉਬਾਸਰੇ ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ ਉਹਦਾ ਇਹ ਵਿਚਾਰ ਸੀ ਤੇ ਇੰਜ ਦਿਨ ਗੁਜ਼ਰਦੇ ਜਾ ਰਹੇ ਸਨ ਅਮਰੀਕ ਦਾ ਦਾਦਾ 2-4 ਸਾਲਾਂ ਬਾਅਦ ਕਿਧਰੇ ਆਉਂਦਾ ਸੀ ਅਮਰੀਕ ਦੇ ਜੰਮਣ ਤੇ ਜਦੋਂ ਆਇਆ ਤਾਂ ਉਦੋਂ ਦੋ ਕੋਠੜੀਆਂ ਅੱਗੇ ਸੋਫਾ ਤੇ ਉਸ ਤੋਂ ਅੱਗੇ ਵਰਾਂਡਾ ਛਤਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ 'ਚ ਪੈਸਾ ਘਟ ਉਡਾਇਆ ਕਰੀ ਕੋਈ ਜ਼ਮੀਨ ਹੋਰ ਖਰੀਦ ਲਵੀ ਉਹ ਦਸਤਾ ਕਿਵੇਂ ਉਹ ਰੋਟੀ ਤਵਾਤਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ ਤੇ ਜ਼ਮੀਨ ਗਹਿਣੀ ਪੈ ਜਾਣ ਤੇ ਘਰੋਂ ਨਿਕਲਿਆ ਸੀ ਤੇ ਕਿਵੇਂ ਉਹਨੇ ਹੌਲੀ-ਹੌਲੀ ਗਹਿਣੀ ਪਈ ਸਾਰੀ ਪੈਲੀ छुड़ਵਾਈ ਸੀ ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ ਜਿੱਥੇ ਫੋਕੀ ਫੂਫਾਂ ਦੇ ਕੋਈ ਅਰਥ ਨਹੀਂ ਸਨ ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਹਨੇ ਚੁਬਾਰੇ 'ਚ ਬੈਠੀ ઠાਣੀ ਦੇ ਸਾਹਮਣੇ ਹੱਸਦਿਆਂ ਹੋਇਆਂ ਉਦੇਪ ਉਹਨੂੰ ਆਖਿਆ ਸੀ ਉਹ ਕਰਤਾਰ ਸਿੰਘ ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ ਪਰ ਤੂੰ ਕਿਤੇ ਵਿਹਲੇ ਵੇਲੇ ਸੋਫੀ ਹਾਲਤ ਵਿੱਚ ਹੋਵੇਂ ਤਾਂ ਐ ਨਾ ਕਰ ਤੂੰ ਜਿਹੜੀ ਐਸ਼ ਕਰਨੀ ਹੈ ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਹੈ ਤੇਰੇ ਸਿਰ ਤੇ ਬਜ਼ੁਰਗਾ ਐਸ਼ਾਂ ਕਰਦੇ ਆ ਉਹ ਜਿਉਂਦਾ ਰਹੇ ਬੁੱਢੇ ਨੇ ਵੀ ਛਟਮੂਨ ਲਾਈ ਹੋਈ ਸੀ ਦਿਲ ਦੀ ਕੀ ਕਰਨੀ ਆ ਤੇ ਕੀ ਨਾ ਕਰਨੀ ਆ ਮੈਂ ਡੇ ਡੇ ਮਕਾਨ ਤੈਨੂੰ ਪਾ ਕੇ ਦਿੱਤੇ ਨੇ ਸਹਰਿਆ ਮੈਂ ਆਨਾ ਕਿਤੇ ਮੇਰੇ ਜਿਉਂਦੇ ਜੀ ਇਹਨਾਂ ਨੂੰ ਕਲੀ ਕਰਾ ਛੱਡ ਤੇ ਸਾਰੀ ਢਾਣੀ ਚ ਠੱਠਾ ਮੱਚ ਗਿਆ ਸੀ ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਈ ਸੰਤ ਤੇ ਨਾ ਹੀ ਜ਼ਮੀਨ ਖਰੀਦੀ ਸੀ ਤੇ ਉਹਦਾਂ ਹੀ ਛੁੱਟੀ ਕੱਟ ਕੇ ਗਿਆ ਉਹਦਾ ਪਿਓ ਤੀਸਰੇ ਚੌਥੇ ਮਹੀਨੇ ਚੜਾਈ ਕਰ ਗਿਆ ਸੀ ਹੱਸਦੇ ਖੇੜਦੇ ਕਰਤਾਰ ਸਿੰਘ ਦੇ ਸਿੰਘਾਂ ਤੇ ਸਿੰਘਾਂ ਤੋਂ ਸਿਰ ਤੇ ਪੈ ਗਈ ਸੀ ਬਾਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਸੀ ਤੇ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਈ ਕਰਵਾਏ ਤਾਂ ਹੀ ਗੁਜ਼ਾਰਾ ਚੱਲੇਗਾ ਤੇ ਅਮਰੀਕ ਨੂੰ ਇਹ ਵੀ ਕੱਲ ਵਾਂਗਿਆਦ ਸੀ ਉਹਦਾ ਪਿਓ ਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੇ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ ਸਨ ਲਿਸ਼ ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਪਿੰਡ ਮੁਕਾਬਲੇ 'ਚ ਜੁੱਪੇ ਸਨ ਤਾ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ ਭਾਵੇਂ ਕਰਤਾਰ ਸਿੰਘ ਦੇ ਸਿਰ ਤੇ ਪੈ ਗਈ ਸੀ ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਤੋਤੇ ਰੱਖਦਾ ਉਸ ਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਬੰਦਾ ਰੱਖ ਕੇ ਵਾਈ ਕਰਵਾਉਂਦਾ ਆਪ ਪੱਠੇ ਲਿਆ ਛੱਡਦਾ ਤੇ ਫਿਰ ਖੁੰਡਾਂ ਤੇ ਬਹਿ ਛੱਡਦਾ ਜੱਤਾਸ਼ ਖੇਡਦਾ ਰਹਿੰਦਾ ਘਰ ਦੇ ਵੀ ਸਮਝਾਉਂਦੇ ਤੇ ਬਾਹਰ ਤੇ ਵੀ ਵਾਈਆਂ ਮਿੱਟੀ ਨਾਲ ਮਿੱਟੀ ਹੋਆਂ ਹੁੰਦੀਆਂ ਨੇ ਬਗਾਨੇ ਪੁੱਤ ਸਿਰ ਤੇ ਹੋਇਆ ਬਿਨਾ ਕੰਮ ਨਹੀਂ ਕਰਦੇ ਇੰਜ ਝਟ ਨਹੀਂ ਸਰਨਾ ਅਮਰੀਕ ਦੀ ਦਾਦੀ ਰਾਤ ਨੂੰ देर ਤੱਕ ਘਰ ਨਾ ਆਉਣ ਤੇ ਬਾਹਰ ਟਾਣੀਆਂ 'ਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ ਤੇ ਔਖੀ ਨੜਛਿਆ ਬੰਦਿਆਂ ਵਾਲੇ ਚਾਲੇ ਫੜ ਧੀਆਂ ਪੁੱਤਾਂ ਵਾਲਾ ਹੋ ਗਿਆ ਕੰਮ ਕੀਤੇ ਆ ਬਿਨਾ ਨਹੀਂ ਫੈਲ ਸੂਫੀਆਂ ਪੁੱਗਣੀਆਂ ਏ ਪੁੱਗ ਜਾਣਗੀਆਂ ਬੁੱਢੜੀ ਇਹ ਆਪੇ ਪੁੱਗ ਜਾਣਗੀਆਂ ਤੂੰ ਚਿੰਤਾ ਨਾ ਕਰ ਕਿ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ ਜੋ ਕਿੰਨੇ ਚਿਰ ਦੀ ਚੌਂਕੇ 'ਚ ਬੈਠੀ ਉਹਨੂੰ ਉਡੀਕ ਰਹੀ ਹੁੰਦੀ ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ ਪ੍ਰਸ਼ਾਦੇ ਗਰਮ ਕਰ ਕਰਕੇ ਖਵਾਉਣੀ ਏ ਇਹ ਵਿਗੜੇ ਕਿਉਂ ਨਾ ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰਸੂ ਵੇਖ ਲਈ ਨਹੀਂ ਤੇ ਔਖੀ ਹੋਏਗੀ ਬੁੱਢੜੀ ਆਖਦੀ ਤੇ ਠੀਕ ਈ ਉਹਦੀ ਮਾਂ ਬੜੀ ਔਖੀ ਹੋਈ ਸੀ ਅਮਰੀਕ ਦੇ ਬਾਲ ਮਨ ਤੇ ਉਹ ਰਾਤ ਉੱਕਰੀ ਹੋਈ ਸੀ ਜਦੋਂ ਗਵੰਡੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਿਹਾ ਸੀ ਕਿ ਉਹਨਾਂ ਦੇ ਘਰ 'ਚ ਹੀ ਚਿਹੜਾ ਮਚ ਗਿਆ ਸੀ ਬੀਰੋ 扑ੜਕ ਕੇ ਮੰਜੇ ਤੋਂ ਉੱਠੀ ਤੇ ਉਸ ਦੇ ਪਿੱਛੇ ਅਮਰੀਕ ਦੌੜ ਗਿਆ ਘਰ ਵਿੱਚ ਕਹਰਾਮ ਮਚਿਆ ਹੋਇਆ ਸੀ ਨਿਆਣੇ ਰੋ ਰਹੇ ਸੰਤ ਤੇ ਕਰਤਾਰ ਸਿੰਘ ਹੱਥ 'ਚ ਕੱਪੜੇ ਧੋਣ ਵਾਲੀ ਥਾਪੀ ਲਈ ਬੋਟੀ ਨੂੰ ਕੁੱਟੀ ਜਾ ਰਿਹਾ ਸੀ ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾਂ ਕੋਈ ਗੱਲ ਕੀਤੇ ਆਂ ਧੈਂ ਧੈਂ ਜੜੀ ਜਾ ਰਿਹਾ ਸੀ ਆਂਡੀ ਗਵੰਡੀ ਇਕੱਠੇ ਹੋ ਗਏ ਉਹਨਾਂ ਮਸਰ ਹੁੰਦੀ ਹੋਈ ਜਾਗੀਰ ਕੌਰ ਨੂੰ ਬਚਾਇਆ ਤੇ ਕਰਤਾਰ ਸਿੰਘ ਨੂੰ ਧੂਕੇ ਡੰਗਰਾ ਅੱਗੇ ਬਾਹਰ ਉਹਦੀ ਮੰਜੀ ਤੇ ਲੈ ਗਏ ਰੁੰਦੀ ਹੋਈ ਜਾਗੀਰ ਕੌਰ ਕਹਿ ਰਹੀ ਸੀ ਦੱਸੋ ਮੈਂ ਕੀ ਕਸੂਰ ਕੀਤਾ ਮੈਂ ਇਹੋ ਆਖਿਆ ਵੀ ਜੱਟਾ ਉੱਤੋਂ ਸੌ ਖਰਚੇ ਸਿਰ ਤੇ ਪਏ ਆ ਤੇ ਤੂੰ ਸ਼ਰਾਬਾਂ ਪੀਂਦਾ ਫਿਰਦਾ ਜਦੋਂ ਪੁਗਦੀ ਸੀ ਪੀ ਲਈ ਹੁਣ ਨਹੀਂ ਸਾਥੋਂ ਪੁਗਦੀ ਨਾ ਆ ਵੇਖਿਆ ਨਾ ਤਾ ਮੇਰੀਆਂ ਮੋਰਾਂ ਸੇਕਦੀਆਂ ਕੋਈ ਨਹੀਂ ਹੌਸਲਾ ਕਰ ਖਬਰੇ ਹੋ ਕੀ ਗਿਆ ਸਿਆਣਾ ਬਿਆਣਾ ਸੀ ਐਂ ਤੱਕ ਕਦੀ ਨਹੀਂ ਅੱਗੇ ਕੀਤਾ ਕਹਿੰਦੀਆਂ ਜਨਨੀਆਂ ਤੁਰ ਗਈਆਂ ਕਰਤਾਰ ਸਿੰਘ ਬਿਨਾਂ ਰੋਟੀ ਖਾਦੀ ਐਂ ਸੌਂ ਗਿਆ ਭਾਂਡਾ ਟਿੰਡਾ ਸਾਹਮਣੇ ਤੇ ਕੁੜੀਆਂ ਨੂੰ ਲੰਮਿਆਂ ਪਾ ਕੇ ਜਗੀਰ ਕੌਰ ਦਵਾਖੇ ਚ ਜਗਦਾ ਦੀਵਾ ਬੁਝਾਉਣ ਲੱਗੀ ਤਾਂ ਉਸ ਨਿਮੋ ਚ ਚੌਂਕੇ ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ ਤੇ ਪੈਣ ਲਈ ਕਿਆ ਉਠਿਆ ਨਾ ਜਗੀਰ ਕੌਰ ਨੇ ਉਸ ਨੂੰ ਬਾਹੋਂ ਫੜ ਕੇ ਉਠਾਇਆ ਉੱਠ ਮੇਰਾ ਬੀਬਾ ਪੁੱਤ ਤੂੰ ਕਿਉਂ ਤੇ ਉਹ ਫੇਸ ਪਈ ਉਸ ਡੂੰਘਾ ਹੋਕਾ ਪਰਿਆ ਅੱਛਾ ਪੁੱਤ ਤੁਹਾਡੇ ਕਰਮ ਤੇ ਫਿਰ ਜਿਵੇਂ ਉਹਦੇ ਚੀਂਦੇ ਹੋਠਾਂ ਵਿੱਚੋਂ ਇਹ ਗੱਲ ਬਾਹਰ ਆ ਗਈ ਮੈਂ ਤਾਂ ਅਮਰੀਕ ਹਰੀ ਕੀ ਡੁੱਬ ਕੇ ਮਰ ਜਾਣਾ ਜਦੋਂ ਲੱਭੀ ਨਾ ਤੂੰ ਦੱਸ ਦੇ ਤੇ ਫਿਰ ਰੋਣ ਲੱਗ ਪਈ ਬੀਬੀ ਅਮਰੀਕ ਦਾ ਵੀ ਰੋਣ ਨਿਕਲ ਗਿਆ ਮਾਂ ਨੇ ਉਹਨੂੰ ਘੁੱਟ ਕੇ ਗਰਦਨਾ ਲਾ ਲਿਆ ਇਹ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ ਕਦੀ ਕਦੀ ਮਾਂ ਦੇ ਮੂੰਹੋਂ ਵਾਇਗਰੂ ਕਹਿੰਦਾ ਲੰਮਾ ਹੋਕਾ ਹਵਾ ਚ ਰਲ ਜਾਂਦਾ ਅਮਰੀਕ ਦੇ ਮਨ ਚ ਬਾਰ ਬਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ ਮੈਂ ਤਾਂ ਅਮਰੀਕ ਹਰੀਕੇ ਡੁੱਬ ਕੇ ਮਰ ਜਾਣਾ ਉਸ ਨੇ ਹਰੀਕੇ ਦਰਿਆ ਵੇਖਿਆ ਹੋਇਆ ਸੀ ਪਰ ਅੱਖਾਂ ਹੀ ਅੱਖਾਂ ਚ ਆਪਣੀ ਮਾਂ ਨੂੰ ਡੂੰਘੇ ਪਾਣੀ ਚ ਗੋਤੇ ਖਾਂਦੀ ਤੇ ਫੁੱਲੀ ਹੋਈ ਵੇਖ ਰਿਹਾ ਸੀ ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੂ ਆ ਗਈ। ਤੇ ਹੁਣ ਉਹਨੂੰ ਰਹਿ ਰਹਿ ਕੇ ਖਿਆਲ ਆਉਂਦਾ ਸੀ ਕਿ ਇੰਨੀ ਦੂਰ ਹਰੀ ਕੇ ਹੀ ਕਿਉਂ? ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਡੁੱਬ ਕੇ ਮਰ ਸਕਦੀ ਸੀ ਜਿਵੇਂ ਮਜਮੀਆਂ ਦੀ ਮਾਈ ਗਾਬੂ ਡੁੱਬ ਕੇ ਮੋਈ ਸੀ ਜਾਂ ਕਿਸੇ ਵੀ ਹੋਰ ਖੂਹ ਵਿੱਚ ਹਰੀ ਕੇ ਹੀ ਕਿਉਂ? ਤੇ ਉਸ ਘੁੱਟ ਕੇ ਅੱਖਾਂ ਮੀਟੀਆਂ। ਉਸਨੇ ਕਿੰਨਾ ਪਾਪ ਕੀਤਾ ਸੀ। ਉਸ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ? ਉਸ ਨੂੰ ਤੇ ਇਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ ਤੇ ਉਹ ਆਪਣੇ ਪਿਓ ਤੇ ਹੈਰਾਨ ਹੋ ਰਿਹਾ ਸੀ ਅਜਵੰਤੋਂ ਨੇ ਕਦੇ ਵੀ ਨਹੀਂ ਸੀ ਪੀਤੀ ਉਹ ਤਾਂ ਕਦੀ ਵੀ ਉਹਦੀ ਮਾਂ ਨੂੰ ਨਹੀਂ ਸੀ ਕੁੱਟਿਆ ਤੇ ਫਿਰ ਜਿਵੇਂ ਉਸ ਨੂੰ ਸਮਝ ਪਈ ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਤੇ ਉਸ ਆਪਣੇ ਇਕੱਲੇ ਭਰਾ ਨੂੰ ਬੰਨ ਠਣ ਕੇ ਆਉਣ ਲਈ ਕਿਹਾ ਸੀ ਵਾਈਆਂ ਵਿੱਚੋਂ ਬਚਦਾ ਹੀ ਕੀ ਸੀ ਕਰਤਾਰ ਸਿੰਘ ਜਿਸ ਦਿਨ ਦਾ ਖਾਤਾ ਆਇਆ ਸੀ ਖੇਜੀ ਆਖੇ ਜਿਆ ਰਹਿੰਦਾ ਸੀ ਪੈਸੇ ਆ ਨਾ ਪਰ ਬੰਦ ਕਿਥੋਂ ਹੋਵੇ ਉਹਨੇ ਸ਼ਾਹਾਂ ਤੋਂ ਪੁੱਛਿਆ ਸੀ ਪਰ ਇੰਨਾ ਜ਼ਿਆਦਾ ਵਿਆਜ ਇੱਕੋ ਭੈਣ ਦਾ ਇੱਕੋ ਭਰਾ ਸੀ ਭੈਣ ਨੇ ਲਿਖਿਆ ਸੀ ਉਹ ਕਿਹੜਾ ਰੋਜ਼-ਰੋਜ਼ ਕੁੜੀਆਂ ਵਿਆਹਣੀਆਂ ਸਨ ਕਰਤਾਰ ਉਸਦੇ ਪਿਓ ਦੀ ਥਾਂ ਵੀ ਸੀ ਤੇ ਭਰਾ ਦੀ ਥਾਂ ਵੀ ਤੇ ਕਰਤਾਰ ਸਿੰਘ ਜਗੀਰ ਕੌਰ ਨੂੰ ਆਪਣੀਆਂ ਟੂਮਾ ਦੇਣ ਲਈ ਕਹਿ ਰਿਹਾ ਸੀ ਉਹ ਲੋੜ ਦੇ ਵੇਲੇ ਦਾ ਸਮਝਾ ਤਕਿਆ ਸੀ ਪਰ ਉਹ ਕਹਿੰਦੀ ਸੀ ਮੇਰਾ ਅੱਗੇ ਕੀ ਰਹਿ ਗਿਆ ਸਾਰਾ ਗਹਿਣਾ ਘਰੇ ਖਾਦਾ ਗਿਆ ਹੁਣ ਇਹ ਵੀ ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਨੇ ਗਹਿਣੇ ਨਾ ਦੇ ਕੇ ਮਾੜੀ ਕੀਤੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ। ਜਾਂ ਖਬਰੇ ਕੀ ਗੱਲ ਸੀ ਤੇ ਇਸੇ ਉਦੇੜ ਬਣ ਵਿੱਚ ਉਹਦੀ ਅੱਖ ਲੱਗ ਗਈ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜੱਠੇ ਗਏ ਸਨ। ਦਸਾਂ ਵਿੱਚੋਂ ਦੋ ਕਿੱਲੇ ਗਹਿਣੇ ਧਰ ਦਿੱਤੇ ਗਏ ਸਨ। ਪਰ ਕਰਤਾਰ ਸਿੰਘ ਦੀ ਸ਼ਰਾਬ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਹਦਾ ਨੇਮ ਬਣ ਗਿਆ ਸੀ। ਉਹ ਸ਼ਰਾਬ ਨਾਲ ਗੁੱਟ ਘਾ ਰੋਂਦਾ। ਫਿਰ ਉਸ ਸਫੇਮ ਵੀ ਖਾਣੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ ਘਰਦਿਆਂ ਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ ਤੇ ਉਸ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ 'ਚ ਰਚ ਗਿਆ ਸੀ ਅਮਰੀਕ ਦੇ ਵਹਿੰਦੇਆਂ ਵਹਿੰਦੇਆਂ ਕੁਝ ਸਾਲਾਂ ਵਿੱਚ ਹੀ ਉਹਦਾ ਪਿਓ ਬੁੱਢਾ ਹੋ ਗਿਆ ਸੀ ਘਰ ਵਿੱਚ ਹਰ ਵੇਲੇ ਖੇਚ ਗੁੱਸੇ ਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਇੰਜ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜਦਾ ਗਿਆ ਜਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ ਹੁਣ ਉਹ ਘਰ ਵਿੱਚ ਹਰ ਖੜੀ ਗੋਤੇ ਖਾਂਦੀ ਡੁੱਬਦੀ ਮਰਦੀ ਰਹਿੰਦੀ ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਹਿ ਗਈ ਹੌਲੀ ਹੌਲੀ ਅੱਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ ਚੋਂ ਡਿੱਗ ਪਿਆ ਸੀ ਤੇ ਉਹ ਆਪਸ ਵਿੱਚ ਟਣੇ ਟਣੇ ਰਹਿੰਦੇ ਸਨ ਰਤਾ ਕੋ ਰਗੜ ਲੱਗਣ ਤੇ ਉਹਨਾਂ ਵਿੱਚਲਾ ਬਰੂਦ ਜਿਵੇਂ ਫਟ ਜਾਣ ਲਈ ਕਾਲਾ ਰਹਿੰਦਾ ਤੇ ਉਹ ਬਰੂਦ ਉਸ ਦਿਨ ਫਟ ਹੀ ਪਿਆ ਸੀ ਜਦੋਂ ਵੱਡੀ ਕੁੜੀ ਬੰਸੋ ਦਾ ਸਾਖ ਅਗਲਿਆਂ ਇਸ ਲਈ ਛੱਡ ਦਿੱਤਾ ਕਿ ਕੁੜੀ ਦਾ ਪਿਓ ਅਮਲੀ ਹੈ ਉਹਨਾਂ ਦੇ ਘਰ ਤਾਂ ਭੰਗ ਭੁੱਜਦੀ ਹੈ ਅਮਰੀ ਕਿਸ ਗੱਲੋਂ ਖਿਜ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ ਮੈਂ ਆਪਣੇ ਪਿਓ ਦੀ ਜਾਇਦਾਦ ਖਾਂਦਾ ਓਏ ਮੈਂ ਨਹੀਂ ਕਿਸੇ ਕੰਜਰ ਦੇ ਆਖੇ ਹਟਣਾ ਮੈਨੂੰ ਕੀ ਦਿੰਨਾ ਕਦੀ ਟਕਾ ਵੀ ਮੇਰੇ ਹੱਥ ਤੇ ਧਰੇ ਆਈ ਬਣਿਆ ਫਿਰਦਾ ਵੱਡਾ ਦਾਨਾ ਤੇ ਅਮਰੀਕ ਚੁੱਪ ਕਰ ਗਿਆ ਭਾਵੇਂ ਉਹਦੀ ਤਨਖਾਹ ਕਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤਿੰਦੀ ਸੀ ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਉਹ ਆਪਣੀ ਮਾਂ ਦੇ ਹੱਥ ਤੇ ਹੀ ਧਰਦਾ ਉਸ ਨੂੰ ਕਿਉਂ ਨਹੀਂ ਦਿੰਦਾ ਇਸ ਲਈ ਉਸ ਦੇ ਉੱਤੇ ਉਹਦਾ ਕੋਈ ਹਸਾਨ ਮਰਮਤ ਨਹੀਂ ਵੇ ਪੁੱਤਾਂ ਤੇਰੀ ਆਈ ਮੈਂ ਮਰ ਜਾਂਦੇ ਵੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਓ ਵੇ ਮੇਰੇ ਅਛਿੰਦਿਆ ਪੁੱਤਾਂ ਮੰਜੀ ਤੇ ਹੱਡੀਆਂ ਦੀ ਮੋਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ ਹੈ ਕੰਬਲੀ ਤੁਸੀਂ ਕਿਉਂ ਰੋਂਦੀਆਂ ਜੀ ਤੁਹਾਡੇ ਵੀਰ ਜੀ ਆਉਂਦੇ ਰਹਿਣ ਤੁਹਾਨੂੰ ਕਿਸ ਗੱਲ ਦਾ ਘਟਾ ਜਾਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਕਿਹਾ ਇਹਨਾਂ ਦੀ ਸੁੱਖ ਮੰਗੋ ਇਹਨਾਂ ਦੋਨੋਂ ਨੂੰ ਤੇ ਉਹ ਵਿਆh ਗਿਆ ਆ ਜਿਹੜੀ ਨਿੱਕੀ ਅਜੇ ਰਹਿੰਦੀ ਹੈ ਤੇ ਆ ਫੂ ਫਰ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਨਹੀਂ ਸੌਂ ਕੇ ਦਿਨ ਕਦੋਂ ਚੜਦਾ ਹੈ ਵਿਚਾਰਾ ਉਹਦਨ ਦਾ ਹਲਾਮਗਰ ਖੁਚਾਂ ਤੜਾਉਂਦਾ ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿਸ ਪਈ ਨਹੀਂ ਬੀਬੀ ਸਾਨੂੰ ਆਿਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗੱਲ ਲਾਇਆ ਕਰੂ ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ ਵੱਡੀ ਕੁੜੀ ਦੀ ਲੇਰ ਨਿਕਲ ਗਈ ਅਮਰੀਕ ਗਮਸਮ ਹੋਇਆ ਬੈਠਾ ਰਿਹਾ ਉਹਦਾ ਜੀ ਕੀਤਾ ਉਹਨਾਂ ਨੂੰ ਚੁੱਪ ਕਰਾਵੇ ਪਰ ਉਸ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਉਹਦਾ ਰੋਣ ਨਿਕਲ ਜਾਏਗਾ। ਇੱਕ ਹੀ ਵਕਤ ਪਾ ਗਿਆ ਸੀ ਉਹਦਾ ਪਿਓ। ਇਮਾਰਤ ھیਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਿਤਾਣਾ ਜੇ ਹੋ ਕੇ ਫੇਰ लेट ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ ਪਲ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਇੱਕ ਪਲ ਲਈ ਉਹਦਾ ਧਿਆਨ ਦਿਆਲੂ ਕੂਬੇ ਦੀ ਵਾਟੀ ਵੱਲ ਗਿਆ। ਜੋ ਨਾ ਕਰ ਰੋਣ ਆਈਆਂ ਜਨਾਨੀਆਂ ਨਾਲ ਪਾਸੇ ਬੈਠੀ ਸੀ। ਤੇ ਦੁਦਿਆ ਕੁੰਡ ਕੱਡੀਆਂ ਜਨਾਨੀਆਂ ਤੋਂ ਅੱਖ ਬਚਾ ਕੇ ਥੁੱਕ ਨਾਲ ਆਪਣੀਆਂ ਅੱਖਾਂ ਗਿੱਲੀਆਂ ਕਰ ਰਹੀ ਸੀ ਤਾਂ ਕਿ ਉਹਦੇ ਪਿਓ ਦੇ ਗਮ ਵਿੱਚ ਪੂਰੀ ਤਰ੍ਹਾਂ ਸ਼ਰੀਕ ਹੋ ਸਕੇ ਉਹਨੇ ਜਦੋਂ ਉਹਨੂੰ ਇਸ ਤਰ੍ਹਾਂ ਕਰਦੀ ਵੇਖਿਆ ਤਾਂ ਉਸ ਮਾਨੀ ਮੰਚ ਉਹ ਮਾਨੀ ਮੰਚ ਹੱਸਿਆ ਸੀ ਪਰ ਹੁਣ ਉਹ ਇਸ ਗੱਲ ਤੋਂ ਹੱਸ ਨਾ ਸਕਿਆ ਨਾ ਹੀ ਮੁਸਕਰਾ ਸਕਿਆ ਉਹਦੀਆਂ ਅੱਖਾਂ ਅੱਗੇ ਕਰਤਾਰ ਸਿੰਘ ਦੀ ਤਸਵੀਰ ਫੇਰ ਰਹੀ ਸੀ ਉਸਰ ਝਟਕਿਆ ਪਾਸਾ ਬਦਲਿਆ ਤੇ ਅੱਜ ਭੋਗ ਸਮੇਂ ਗੁਰਦੁਆਰੇ ਦੇ ਅਨਪੜ ਗ੍ਰੰਥੀ ਵੱਲੋਂ ਪੜੇ ਸ਼ਬਦ ਬਾਰੇ ਸੋਚਦਾ ਇਕਪਾਲੀ ਮੁਸਕਰਾਇਆ ਜੋ ਦਾਣਾ ਬੀਨਾ ਸਾਈ ਮੈਂਡਾ ਨੂੰ ਦਾਣਾ ਬਿੰਡਾ ਸਾਈ ਮੈਂਡਾ ਆਖੀ ਜਾ ਰਿਹਾ ਸੀ ਤੇ ਸਾਰੇ ਲੋਕ ਉਹਦੇ ਸ਼ਬਦ ਤੇ ਅਮਰੀਕ ਦੀ ਗੱਲ ਸੁਣ ਕੇ ਹੱਸ ਪਏ ਸਨ ਬਾਬਾ ਤੂੰ ਮੇਰੇ ਪਿਓ ਨੂੰ ਤਾਂ ਜਿਹੜਾ ਸੁਰਗਾ ਚ ਪਹੁੰਚਾਣਾ ਉਹ ਤਾਂ ਅੜ ਰਿਹਾ ਉਹ ਆਪਣੇ ਲਈ ਨਰਕ ਦੇ ਬੰਨ੍ਹ ਨੂੰ ਜ਼ਰੂਰ ਬੰਨ੍ਹਦਾ ਗਿਆ ਪਰ ਇਹ ਮੁਸਕਰਾਹਟ ਪੈਣਾ ਨਾਲ ਭਰਾ ਤੇ ਪਿਓ ਦੀ ਥਾਂ ਵਰਤਣਾ ਸੀ ਛੋਟੀ ਨੂੰ ਜੋ ਜੇ ਪੜਦੀ ਸੀ ਪੜਾਉਣਾ ਸੀ ਵਿਆਹਣਾ ਸੀ ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ ਤੇ ਖਿਆਲ ਰੱਖਦੇ ਹੋਿਆਂ ਵੀ ਬੜੀ ਇhtਿਆਤ ਤੋਂ ਕੰਮ ਲੈਣਾ ਸੀ ਭੈਣਾ ਦੇ ਕਿਸੇ ਕਾਰਜ ਤੇ ਨਾ ਗਿਆ ਛੋਟਿਆਂ ਨਾਲ ਕੋਈ ਵੱਧ ਘੱਟ ਹੋ ਗਈ ਉਹਨਾਂ ਵੀ ਤੇ ਲੋਕਾਂ ਵੀ ਆਖਣਾ ਸੀ ਵੱਡਾ ਭਰਾਈ ਐ ਨਾ ਕਿਤੇ ਪਿਓ ਜਿਹਾ ਨਾ ਹੁੰਦਾ ਤਾਂ ਇਸ ਤਰ੍ਹਾਂ ਤਾਂ ਨਹੀਂ ਸੀ ਨਾ ਹੁੰਦੀ ਤੇ ਮਾਂ ਨੂੰ ਮਹਿਸੂਸ ਨਹੀਂ ਸੀ ਹੋਣ ਦੇਣਾ ਨਹੀਂ ਤਾਂ ਉਸ ਨੂੰ ਜਨਾਨੀਆਂ ਦੀਆਂ ਕੀਤੀਆਂ ਗੱਲਾਂ ਬਾਰ-ਬਾਰ ਯਾਦ ਆਉਣੀਆਂ ਸਨ ਭੈਣੇ ਤੇਰਾ ਤਾਂ ਰਾਜ ਖੁੱਸ ਗਿਆ ਮਰਜ਼ੀ ਨਾਲ ਅੰਦਰੋਂ ਕੱਢਦੀ ਸੈਮ ਵਰਤਦੀ ਸੈਂ ਹੁਣ ਸੁੱਖ ਨਾਲ ਭਾਵੇਂ ਸੁਲੱਗ ਨੇ ਪਰ ਹਰ ਗੱਲੇ ਮੁੰਡਿਆਂ ਦੇ ਹੱਥਾਂ ਵੱਲ ਵੇਖੇਂਗੀ ਮੰਗਤਿਆਂ ਵਾਂਗੂ ਸਿਰ ਦੇ ਸਾਈ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ ਇਸ ਸਾਰੇ ਕੁਜ ਲਈ ਪੈਸੇ ਦੀ ਲੋੜ ਸੀ ਅਮਰੀਕ ਸੋਚਦਾ ਸੀ ਕਿ ਉਹ ਆਪਵਾਹੀ ਵਿੱਚ ਵੀ ਨਾਲ ਧਿਆਨ ਦੇਗਾ ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ ਦੋ ਢਾਈ ਕਿੱਲੇ ਹੋਰ ਕੁੜੀਆਂ ਦੇ ਵਿਆਹ ਤੇ ਉਸਤੇ ਪਿਓ ਨੇ ਗਹਿਣੇ ਕਰ ਦਿੱਤੇ ਸਨ ਉਸ ਦਾ ਖਿਆਲ ਸੀ ਬਚਦੇ ਪੰਜਾਂ ਛਿਆਂ ਕਿਲਿਆਂ 'ਚ ਜੇ ਉਹ ਖਾਦ ਆਦ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਥੁਰ ਪੈਗਾ ਹੁਣ ਉਹ ਸਾਰੀ ਤਨਖਾਹ ਆਪਣੀ ਹੱਥੀਂ ਵਰਤਿਆ ਕਰੂ ਅੱਗੇ ਤਾਂ ਸਾਰੀ ਤਨਖਾਹ ਖੇਰੂ-ਖੇਰੂ ਹੋ ਜਾਂਦੀ ਸੀ ਉਹਨੂੰ ਆਸ ਸੀ ਜੇ ਮਹਿੰਦਰ ਵਾਈ ਚ ਚੰਗੀ ਤਰ੍ਹਾਂ ਧਿਆਨ ਦੇ ਤਾਂ ਹੌਲੀ-ਹੌਲੀ ਉਹ ਜ਼ਮੀਨ ਵੀ ਛੁੱਟਾ ਲੈਣਗੇ ਸਵੇਰੇ ਉਹਨੇ ਨੌਕਰੀ ਤੇ ਤੁਰ ਜਾਣਾ ਸੀ ਇਸ ਲਈ ਉਹਨੇ ਛੋਟੇ ਭਰਾ ਮਹਿੰਦਰ ਨਾਲ ਵਾਈ ਬਾਰੇ ਗੱਲ ਤੋਰ ਲਈ ਮਹਿੰਦਰਾ ਤਕੜਾ ਹੋ ਕੇ ਪੈ ਜਾ ਹੁਣ ਕੰਮ ਨੂੰ ਮੈਂ ਵੀ ਹਫ਼ਤੇ ਦਸੇ ਦਿਨੀ ਢੇੜਾ ਮਾਰ ਜਿਆ ਕਰੂੰ ਉਹ ਜਿਹੜੀ ਜੀਤੇ ਹੋਰਾਂ ਕੋਲ ਪਹਿਲੀ ਗਹਿਣੇ ਆ ਉਸ ਲਾਈਨ ਵਾਲੇ ਬੱਚ ਦੇ ਪੌਣੇ ਕਿਲੇ ਚ ਪੱਠੇ ਬੀਜ ਛੱਡੀ ਵਾਕੇ ਮੈਂ ਪਰਸੋਂ ਵੇਖ ਕੇ ਆਇਆ ਉਰਲੀ ਪੈਲੀ ਚ ਝੋਨਾ ਲਾਵਾਂਗੇ ਠੀਕ ਹੈ ਨਾ ਮੈਂ ਅੰਦਰ ਚੁੱਪ ਰਿਆ ਆਕਾਸ਼ ਚ ਤਾਰਿਆਂ ਨੂੰ ਘੂਰਦਾ ਰਿਹਾ ਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ ਜਿਵੇਂ ਉਹ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ ਅਮਰੀਕ ਫੇਰ ਬੋਲਿਆ ਜਨ ਜਗੀਰ ਕੌਰ ਨੇ ਕਿਹਾ ਉਹ ਪੋਣਾ ਕਿਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ ਕਿਹੜਾ ਉਤਲਾ ਆਹੋ ਕਿਉਂ ਉਹਦੀ ਆਵਾਜ਼ ਚ ਗੁੱਸਾ ਸੀ ਆ ਤੇਰੀ ਭੈਣ ਦੀ ਸੱਸ ਦੇ ਘੱਟ ਤੇ ਜਦੋਂ ਗਏ ਸਾਂ ਉਦੋਂ ਮਨ ਦੱਬੀ ਆਵਾਜ਼ 'ਚ ਬੋਲੀ ਅਮਰੀਕ ਨੇ ਸੋਚਿਆ ਹੁਣ ਖੇਜਣ ਦਾ ਕੀ ਫਾਇਦਾ ਸੀ ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ ਉਹ ਇਹਨੂੰ ਹੋਣੀ ਸਮਝ ਕੇ ਪੀ ਗਿਆ ਤੇ ਪਿੱਛੇ ਪਹਿਲੀ ਕਿਹੜੀ ਰਹਿ ਗਈ ਫਿਰ ਉਹਨੇ ਜਿਵੇਂ ਖਿਲਾ ਨੂੰ ਪੁੱਛਿਆ ਹੋਵੇ ਪਰ ਕੋਈ ਜਵਾਬ ਨਾ ਆਇਆ ਉਧਰੋਂ ਖਾਦ ਦੇ ਪੈਸੇ ਦੇਣੇ ਆ ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ ਜੀ ਫਸਲ ਤਾਂ ਕਦੀ ਖਾਦ ਯੋਗ ਹੀ ਆਈ ਨਹੀਂ ਉਹ ਆਪ ਹੀ ਬੁੜਬੁੜ ਕਰਕੇ ਚੁੱਪ ਕਰ ਗਿਆ ਖਾਤਾਗੇ ਨਕਦ ਵੇਚ ਕੇ ਪੈਸੇ ਵਟ ਕੇ ਵਰਤ ਲਈ ਸਨ ਖੇਤਾਂ ਚ ਕਿੱਥੇ ਪਈ ਸੀ ਮਹਿੰਦਰ ਪਹਿਲੀ ਵਾਰ ਬੋਲਿਆ ਉਹਦੀ ਆਵਾਜ਼ ਚ ਪਤਾ ਨਹੀਂ ਸੀ ਲੱਗਦਾ ਨਿਰਲੇਪਤਾ ਸੀ ਜਾਂ ਕੁੜੱਤਾਂ ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜਿਆ ਮੈਂ ਅਨ ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ ਜੀ ਮਾਤਾ ਨੂੰ ਮਾਤਾ ਤੂੰ ਸਭ ਕੁਝ ਸਾਥੋ ਲੁਕਾਉਂਦੀ ਰਹੀ ਹੈ ਉਹਦੀ ਆਵਾਜ਼ ਚ ਮਾਂ ਪ੍ਰਤੀ ਦੱਬਵਾ ਜਾਂ ਗੁੱਸਾ ਸੀ ਮੈਂ ਵੀਰਾ ਕੀ ਲੁਕਾਉਂਦੀ ਰਹੀ ਆ ਤੂੰ ਤਾਂ ਕਰਦਾ ਖਿਹੜਾ ਹੀ ਛੱਡਿਆ ਹੋਇਆ ਸੀ ਉਹ ਮਨਮਰਜ਼ੀ ਕਰਦਾ ਸੀ ਉਹਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ ਤੂੰ ਅਣਜਾਣ ਨਾ ਬਣ ਉਹ ਦੰਦ ਕੁੱਟੀ ਲੰਮਾ ਪਿਆ ਰਿਆ ਇੰਨਾ ਪੈਸਾ ਉਹ ਕਿਵੇਂ ਉਤਾਰੇਗਾ ਵਾਹੀ ਕਿਵੇਂ ਤੋਰੇਗਾ ਝੋਨੇ ਲਈ ਖਾਦ ਵੀ ਚਾਹੀਦੀ ਸੀ ਮੱਖਣ ਸੋ ਵੀ ਇੱਕ ਪਰਨੋਟ ਲਈ ਫਿਰਦਾ ਹੈ ਜੀ ਮੈਨੂੰ ਵਿਖਾਉਂਦਾ ਸੀ ਭਾਈਏ ਨੇ ਉਹ ਤੋਂ ਵੀ 500 ਰੁਪਏ ਵਿਆਜ ਹੀ ਫੜਿਆ ਹੋਇਆ ਜੀ ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪੁੱਛੋ ਹੀ ਗੱਲ ਕਰੂੰ ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲਿਆ ਜਿਵੇਂ ਮੱਥੇ 'ਚ ਕੁਝ ਪਟੱਕ ਕਰਕੇ ਮਾਰੀਦਾ ਹੈ। ਲਓ, ਹੋਰ ਸੁਣ ਲਓ। ਮੈਂ ਆਨਾ ਸਭ ਪਾਸੇ ਦੇਣਾ ਹੀ ਦੇਣਾ। ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਉਹ ਗੁੱਸੇ 'ਚ ਭਰ ਗਿਆ ਪਰ ਫਿਰ ਹੌਲੀ-ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨੜਨ ਢਿੱਲੀਆਂ ਪੈ ਗਈਆਂ। ਉਹ ਸੋਚਿਆ ਇਹ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ ਸੀ। ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ, "ਉਹ ਬਾਬਾ ਇੱਕੋ ਵਾਰ ਦੱਸ ਦਿਓ ਕਿਹਦਾ ਕਿਹਦਾ ਕੀ-ਕੀ ਦੇਣਾ।" ਹੌਲੀ ਹੌਲੀ ਕਿਉਂ ਲੱਗੇ ਤੇ ਉਹ ਆਪ ਹੀ ਬੋਲਿਆ ਨਾਲੇ ਘਰ ਗੋਆਇਆ ਨਾਲੇ ਪੜੂਆ ਖਵਾਇਆ ਲੋਕੀ ਸੋ ਸੋ ਗੱਲਾਂ ਕਰਦੇ ਨੇ ਧਰਮਨਾਲ ਜੀ ਕਰਦਾ ਤਰਤੀ ਚ ਨਿਗਰ ਜੀ ਜਦੋਂ ਸੁਣੀਦਾ ਉਹ ਪੀ ਕੇ ਉਸ ਮੋੜ ਤੇ ਪਿਆ ਸੀ ਕਦੀ ਉਸ ਮੋੜ ਤੇ ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ ਸੱਚੀ ਭਾਜੀ ਅਸੀਂ ਤੇ ਤੁਹਾਨੂੰ ਡਰ ਦੇ ਦੱਸਦੇ ਨਹੀਂ ਸੀ ਉਦੋਂ ਭਾਈਆ ਤੇ ਹੁਣ ਸੱਚੀ ਪੁੱਠੇ ਕਮੀ ਉਤਰ ਆਇਆ ਸੀ ਦੋ ਤਿੰਨ ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੰਚਲ ਕਲੀ ਵਾਲੇ ਕੋਲ ਵੇਚ ਦਿੱਤਾ ਅਸੀਂ ਲੱਭਦੇ ਫਿਰੇ ਪਿੱਛੋਂ ਪਤਾ ਲੱਗਾ ਫਿਰ ਚੰਚਲ ਤੋਂ ਮੋੜ ਕੇ ਆਂਦਾ ਪੈਸੇ ਦੇ ਕੇ ਅਮਰੀਕ ਨੂੰ ਇੱਕ ੱੱੱਕਾ ਜਿਹਾ ਲੱਗਾ ਉਹ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿੰਦਾ ਹੋ ਸਕਦਾ ਸੀ ਉਹਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ ਤੇ ਸਭ ਕੁਝ ਸੋਚਦੇ ਆ ਉਹ ਜਿਵੇਂ ਨਮੋਸ਼ੀ 'ਚ ਗਰਕ ਹੁੰਦਾ ਜਾ ਰਿਹਾ ਸੀ ਸਰਦਾਰ ਜੀ ਤੁਸੀਂ ਛੱਡੋ ਉਹਦੀਆਂ ਗੱਲਾਂ ਉਹ ਤਾਂ ਚੈਂਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈ ਲੈਂਦਾ ਸੀ ਤੇ ਹੁਣ ਤਾਂ ਫੇਮ ਦੀ ਤਾਂ ਉਹ ਨਸ਼ੇ ਦੀਆਂ ਗੋਲੀਆਂ ਜੀਆਂ ਵੀ ਖਾਂਦਾ ਸੀ ਤੇ ਉਹ ਬੀੜਾ ਜਿਹਾ ਵੀ ਲਾਂਦਾ ਸੀ ਮਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ ਸਨ ਇਹ ਜੋ ਸ਼ਰਿਆਮ ਨਹੀਂ ਸੀ ਕਰਦਾ ਇਸ ਲਈ ਹੋ ਸਕਦਾ ਲੋਕਾਂ ਨੂੰ ਵੀ ਉਹਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ ਦੇ ਜੀਵ ਦਾ ਪਿਓ ਸ਼ਰੀਆ ਆਂ ਭਾਂਡੇ ਚੁੱਕਦਾ ਨਾ ਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ ਅੱਗੇ ਵੱਡੀ ਕੁੜੀ ਦੇ ਸਾਖ ਛੁੱਟਣ ਦੀ ਨਮੂਸ਼ੀ ਨੇ ਉਹਦੀ ਜ਼ਮੀਰ ਨੂੰ ਤੁਰੰਦਰੋਂ ਜ਼ਖਮੀ ਕਰ ਦਿੱਤਾ ਹੋਇਆ ਸੀ ਕਿਉਂ ਬੀਬੀ ਠੀਕ ਗੱਲ ਹੈ ਉਹਨੂੰ ਭਰੇ ਪੀਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਰੁਪਏ ਕਰਜ਼ ਚੁੱਕਣ ਜ਼ਮੀਨ ਗਹਿਣੇ ਪਉਣ ਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜਦੀਆਂ ਆਦਤਾਂ ਬਾਰੇ ਕਦੀ ਉਹਨੂੰ ਕਿਉਂ ਨਹੀਂ ਸੀ ਦੱਸਿਆ ਠੀਕਾ ਵਰ ਝੂਠ ਥੋੜਾ ਸਭ ਤੋਂ ਛੋਟੀ ਕੁੜੀ ਬੋਲ ਪਈ ਇਸ ਹਿਸਾਬ ਨਾਲ ਤਾਂ ਜਿਹੜੀ 2 ਕਿਲੇ ਬਚਦੀ ਸੀ ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪਿਆ ਜਾਣੀ ਸੀ ਤੇ ਪਿੱਛੇ ਰਹਿ ਜਾਣਾ ਸੀ ਗੱਲ ਅਮਰੀਕ ਦੇ ਮੂੰਹ 'ਚ ਹੀ ਸੀ ਕਿ ਮਹਿੰਦਰ ਬੋਲ ਪਿਆ ਪਿੱਛੇ ਰਹਿ ਜਾਣਾ ਸੀ ਠੁੰਠਣ ਗੋਪਾਲ ਉਹ ਮੈਂ ਤਾਂ ਨਾ ਬਾਜੀ ਅਜੇ ਵੀ ਵੇਲੇ ਸਿਰ ਮਰ ਗਿਆ ਚੰਗਾ ਹੀ ਹੋਇਆ ਇਹ ਵੀ ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ ਉਹਦੇ ਹਾਸੇ 'ਚ ਨਾ ਕੋਈ ਖੁਸ਼ੀ ਸੀ ਨਾ ਕੋਈ ਦਰਦ ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ ਦੋ ਜੀ ਹੌਲੀ-ਹੌਲੀ ਜੇ ਹੱਸੇ ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਤੋ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ ਧੰਨਵਾਦ